ਪੰਜਾਬ ਸਾਡੀ ਧਰਤੀ ਆ ਤੇ ਉਹਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਇਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਹਨ, ਆਓ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ ਜੀ। ਸਭ ਤੋਂ ਪਹਿਲਾਂ ਇੱਕ ਵਾਰੀ ਸਾਫ ਦੀ ਹਾਜ਼ਰੀ ਵੀ ਦੁਬਾਰਾ ਪ੍ਰਵਾਨ ਕਰ ਰਹੇ ਹਾਂ ਜੀ। ਚਾਰ ਦਿਨਾਂ ਆਖਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਾਫੀ ਲੰਮੇ ਸਮੇਂ ਤੋਂ ਮੈਂ ਪੁਸਤਕਾਂ ਕਿਤਾਬਾਂ ਜਿੱਦਾਂ ਵੀ ਆ ਰਹੇ ਹਾਂ ਤੇ ਇੱਥੇ ਵੀ ਬੋਲਦਾ ਆ ਰਹੇ ਹਾਂ ਤੇ ਅਖਬਾਰਾਂ ਦੇ ਵਿੱਚ ਲੇਖ ਆਦਿ ਵੀ ਆ ਰਹੇ ਨੇ। ਜਦੋਂ ਸਰਦਾਰ ਜਗਤਾਰ ਸਿੰਘ ਹਵਾਰਾ ਅਤੇ ਸਰਦਾਰ ਬਲਵੰਤ ਸਿੰਘ ਰਾਜੋਆਣੇ ਨੂੰ 2007 ਦੇ ਵਿੱਚ 21 ਜੁਲਾਈ 2007 ਦੇ ਵਿੱਚ ਇਹਨਾਂ ਨੂੰ ਅਦਾਲਤ ਵੱਲੋਂ ਫਾਂਸੀ ਦਾ ਹੁਕਮ ਦਿੱਤਾ ਗਿਆ ਸੀ, ਉਦੋਂ ਭਾਵੇਂ ਇੱਥੇ ਅਮਲ ਨਹੀਂ ਹੋਇਆ, ਤਾਮੀਲ ਨਹੀਂ ਹੋਈ, ਪਰ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ ਸੀ। ਉਸ ਤੋਂ ਤੁਰੰਤ ਬਾਅਦ ਲਗਭਗ ਅੱਜ ਤੋਂ 5 ਸਾਲ ਪਹਿਲਾਂ ਮੈਂ ਇੱਕ ਲੰਮਾ ਲੇਖ ਲਿਖੀ, ਇਹ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਜਿਹੜੇ ਸਾਡੇ ਏਡੇ ਏਡੇ ਬਹਾਦਰ ਨੇ, ਯੋਧੇ ਨੇ ਆਪਣੇ ਕਸੂਰਾਂ ਤੇ ਪਰਪੱਕ ਰਹੇ ਸੀ, ਆਪਣੀ ਜਾਨ ਮਾਰਨ ਤੋਂ ਵੀ ਗੁਰੇਜ ਨਹੀਂ ਕਰਦੇ ਤੇ ਉਹਨਾਂ ਨੂੰ ਤਾਂ ਹਰਗੋਲੀਆਂ ਕੀਤਾ ਜਾ ਰਿਹਾ, ਪਰ ਜਿਹੜਿਆਂ ਨੇ ਪੰਥ ਨੂੰ ਤਬਾਹ ਕੀਤਾ, ਬਰਬਾਦ ਕੀਤਾ ਜਾਂ ਲੁੱਕ ਕੇ ਖਾਧਾ, ਉਹਨਾਂ ਲੋਕਾਂ ਨੂੰ ਪੰਥ ਰਤਨ ਦੇ ਖਿਤਾਬ ਦਿੱਤੇ ਜਾ ਰਹੇ ਨੇ। ਮੇਰੀ ਕਿਤਾਬ ਸਿੱਖੀ ਦੇ ਝੰਡਾ ਬਰਦਾਰ ਉਸ ਕਿਤਾਬ ਦਾ ਪਹਿਲਾ ਹੀ ਲੇਖ ਹੈ ਤੇ ਉਹਦੇ ਵਿੱਚ 13 ਪੰਨੇ ਤੋਂ ਲੈ ਕੇ 18 ਪੰਨੇ ਤੱਕ ਇਹਨਾਂ ਹੀ ਬਹਾਦਰਾਂ ਬਾਰੇ ਮੈਂ ਲਿਖਿਆ ਹੋਇਆ। ਇਹਦੇ ਵਿੱਚੋਂ ਕੇਵਲ ਇੱਕ ਮੌਕੇ ਨੇ ਪੜ੍ਹ ਕੇ ਮੈਂ ਆਪ ਜੀ ਨੂੰ ਸੁਣਾਉਣ ਲੱਗਿਆ ਹਾਂ ਕਿ ਇਹਨਾਂ ਜਦੋਂ ਇਹ ਘਟਨਾਵਾਂ ਵਾਪਰੀਆਂ ਨੇ ਉਦੋਂ ਮੈਂ ਇਸ ਨੂੰ ਕਿਵੇਂ ਮਹਿਸੂਸ ਕੀਤਾ ਸੀ। ਅੱਜ ਤੋਂ ਲਗਭਗ 5 ਸਾਲ ਪਹਿਲਾਂ ਜਦੋਂ ਅਦਾਲਤੀ ਹੁਕਮ ਆਇਆ ਸੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਵਾਲੀ, ਮੈਂ ਪਿੱਛੇ ਬਿਆਨ ਕਰ ਦਿੱਤਾ ਸੀ ਆਪਣੇ ਲੇਖ ਦੇ ਵਿੱਚ ਕਿ ਗਿਆਨੀ ਸੰਤ ਸਿੰਘ ਮਸਕੀਨ ਨੂੰ ਮਰਨ ਤੋਂ ਬਾਅਦ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ, ਜਸਵੀਰ ਸਿੰਘ ਖੰਨੇ ਵਾਲੇ ਨੂੰ ਮਰਨ ਤੋਂ ਬਾਅਦ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ, ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਰਨ ਤੋਂ ਬਾਅਦ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ ਤੇ ਉਦੋਂ ਹੀ ਮੈਂ ਇਹ ਵੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੰਥ ਰਤਨ ਦਾ ਖਿਤਾਬ ਕਿਉਂ ਦਿੱਤਾ ਜਾਵੇਗਾ, ਪਰ ਉਹ ਗੱਲ ਵੀ ਸੱਚ ਹੋ ਗਈ ਹੈ। ਪੰਥ ਰਤਨ ਅਤੇ ਬਖਰੇ ਕੌਮ ਉਦੋਂ ਵੀ ਵੱਡਾ ਖਿਤਾਬ ਸਾਡੇ ਮੌਜੂਦਾ ਗੁਲਾਮ ਜਹਿਮੀਅਤ ਵਾਲੇ ਜਥੇਦਾਰਾਂ ਨੇ ਉਹ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦੇ ਦਿੱਤਾ ਹੋਇਆ। ਪਰ ਮੈਂ ਇਹਨਾਂ ਨੂੰ ਬਿਆਨ ਕਰਨ ਤੋਂ ਬਾਅਦ ਉੱਪਰ ਵਰਣਿਤ ਗੁਰਦੁਆਰੇ ਪਿੰਡ ਸੁਹਾਣਾ ਨੇੜੇ ਮੋਹਾਲੀ ਤੋਂ ਥੋੜੀ ਕੁ ਦੂਰ ਪਿੰਡ ਬੁੜੈਲ ਹੈ, ਇਸ ਪਿੰਡ ਦੀ ਜ਼ਮੀਨ ਵਿੱਚ ਸਖ਼ਤ ਪਹਿਲੀ ਵਾਰੀ ਚੰਡੀਗੜ੍ਹ ਨਾਲ ਸੰਬੰਧ ਪਿੱਛੇ ਹੈ। ਇਸੇ ਬੁੜੈਲ ਗੜ੍ਹ ਵਿੱਚ ਸਿੱਖ ਕੌਮ ਦੇ ਕਾਤਲ ਬੇਅੰਤ ਸਿੰਘ ਨੂੰ ਪਾਪਾਂ ਦੀ ਸਜ਼ਾ ਦੇਣ ਵਾਲੇ ਸੂਰਮੇ ਸਰਦਾਰ ਜਗਤਾਰ ਸਿੰਘ ਹਵਾਰਾ ਤੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਆਦਿਕ ਬੰਦ ਹਨ। ਆਪਣੀ ਜਾਨ ਬੜੀ ਪਿਆਰੀ ਹੁੰਦੀ ਹੈ, ਘਰ ਪਰਿਵਾਰ ਜ਼ਮੀਨ ਤੇ ਪੈਸਾ ਸਭ ਕੁਝ ਚਲਾ ਜਾਵੇ ਲੋਕੀ ਕੁਰਬਾਨ ਕਰ ਲੈਂਦੇ ਹਨ, ਪਰ ਜਾਨ ਬਚ ਜਾਵੇ ਜੇ ਸਲਾਮਤ ਜਾਨ ਸਲਾਮਤ ਰਹੇ ਚੀਜ਼ਾਂ ਫਿਰ ਬਣਾ ਲਵਾਂਗੇ। ਕਦੀ ਕਦਾਈ ਮਨੁੱਖ ਜਾਨ ਬਚਾਉਣ ਲਈ ਜ਼ਮੀਨ ਨੂੰ ਵੀ ਮਾਰ ਲੈਂਦਾ ਹੈ, ਧਰਮ ਇਮਾਨ ਗਵਾ ਲੈਂਦਾ ਹੈ, ਬਸ ਮੇਰੀ ਜਾਨ ਸਲਾਮਤ ਰਹਿ ਜਾਵੇ। ਸਰਦਾਰ ਦਿਲਾਵਰ ਸਿੰਘ ਨੇ ਬੇਜੋੜ ਸੂਰਮ ਗਤੀ ਦਾ ਕਾਂਡ ਲਿਖਿਆ ਹੈ, ਸਿੱਖ ਕੌਮ ਉਸੀ ਸਦਾ ਰਹੀ ਰਹੇਗੀ, ਭਰ ਜਵਾਨੀ ਵਿੱਚ ਅੰਤ ਦੇ ਦਰਦ ਨਾਲ ਭਰਪੂਰ ਸੰਸਾਰਕ ਪਵਾਦਾਂ ਤੋਂ ਉੱਪਰ ਜੀਵਨ ਮੁਕਤ ਮੈਂ ਮਰਾਂ ਪੰਥ ਜੀਵੇ ਦੀ ਪਰਮੁਖਤਾ ਦੀ ਭਾਵਨਾ ਨਾਲ।
ਨਾਲ ਨਵਰੇਜ ਸਰਦਾਰ ਦਿਲਾਵਰ ਸਿੰਘ ਨੂੰ ਬਾਰ ਬਾਰ ਨਮਸਕਾਰ ਹੈ, ਜਿਸ ਨੇ ਆਪਣੇ ਜਵਾਨ ਸਡੋਲ ਸੋਹਣੇ ਸਰੀਰ ਨੂੰ ਮਿੱਟੀ ਦੀ ਢਿੱਲੀ ਜਾਣਿਆ, ਆਪਣੇ ਗੁਰਸਿੱਖ ਭਾਈਆਂ ਮਾਈਆਂ ਬੱਚਿਆਂ ਦੀ ਜ਼ਿੰਦਗੀ ਕੀਮਤੀ ਸਮਝੀ। ਪੰਜਾਬ ਵਿਚਲੇ ਸ਼ਮਸ਼ਾਨ ਘਾਟਾਂ ਵਿਚੋਂ ਉਠਾਈਆਂ ਉੱਚੀਆਂ ਲਾਟਾਂ ਨੂੰ ਭਜਾਉਣ ਲਈ ਸ਼ੈਲ ਬਣ ਕੇ ਅਣਖੀਲੇ ਸਿੱਖ ਗੱਭਰੂਆਂ ਨੂੰ ਅਣਪਛਾਤੀਆਂ ਲਾਸ਼ਾਂ ਬਣਨ ਤੋਂ ਰੋਕਣ ਲਈ ਪੁਲਿਸ ਥਾਣਿਆਂ ਵਿੱਚ ਉੱਠੀਆਂ ਜਾ ਰਹੀਆਂ ਬਜ਼ੁਰਗਾਂ ਦੀਆਂ ਸਫੈਦ ਦਾੜੀਆਂ ਬਚਾਉਣ ਲਈ ਸਰਕਾਰੀ ਬੁਚਰਖਾਨਿਆਂ ਵਿੱਚ ਨੂੰਹਾਂ ਧੀਆਂ ਮਾਵਾਂ ਦੀ ਪੱਤ ਰੋਲਣ ਤੋਂ ਬਚਾਉਣ ਲਈ ਮਹੀਨਿਆਂ ਵੱਡੀ ਤਸੀਹਾ ਕੇਂਦਰਾਂ ਵਿੱਚ ਅਣਮਨੁੱਖੀ ਤਸੀਹਿਆਂ ਤੋਂ ਸਿੱਖ ਨੌਜਵਾਨਾਂ ਨੂੰ ਮੁਕਤ ਕਰਾਉਣ ਲਈ ਪੰਜਾਬ ਵਿੱਚ ਵੱਧ ਰਹੇ ਖੂਨ ਦੇ ਦਰਿਆ ਨੂੰ ਬੰਦ ਮਾਰਨ ਲਈ ਘਰ ਘਰ ਵਿੱਚੋਂ ਸੋਂਦੇ ਵੈਣ ਰੋਕਣ ਲਈ ਮਾਸੂਮ ਜਿੰਦਾ ਨਿੱਕੇ ਬਾਲਾਂ ਨੂੰ ਯਤੀਮ ਹੋਣ ਤੋਂ ਬਚਾਉਣ ਲਈ ਸਿੱਖ ਕੌਮ ਦੀ ਧੱਕੀ ਪੱਗ ਮੁੜ ਸਿਰ ਤੇ ਟਿਕਾਉਣ ਲਈ ਸਰਦਾਰ ਦਿਲਾਵਰ ਸਿੰਘ ਬਹਾਦਰ ਨੇ ਆਪਣੇ ਸਿਰ ਤੇ ਜਿਉਂਦੇ ਜੀ ਕੱਪੜ ਬੰਨ ਲਿਆ, ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਦਿਲ ਵਿੱਚ ਟਿਕਾ ਲਿਆ, ਮੌਤ ਦਾਹੀ ਦਾ ਹਾਰ ਬੰਬ ਆਪਣੇ ਗਲ ਵਿੱਚ ਬਹਿ ਲਿਆ, ਸੂਬੇਦਾਰ ਵਜ਼ੀਰ ਖਾਨ ਦੀ ਪੁੱਜੜ ਰੂਹ ਤੇ ਜਫਰੀਆ ਖਾਨ ਜ਼ਾਲਮ ਦਾ ਦਿਲ ਲੈ ਕੇ ਪੰਜਾਬ ਵਿੱਚ ਜੰਮੇ ਸਿੱਖਾਂ ਦੀ ਨਸਲ ਘਾਤ ਕਰ ਰਹੇ ਬੇਅੰਤ ਸਿੰਘ ਨੂੰ ਜੋ ਕਿ ਮੁੱਖ ਮੰਤਰੀ ਸੀ ਅਜਿਹਾ ਸਬਕ ਸਿਖਾਇਆ ਕਿ ਉਸਦੀਆਂ ਪੁਸਤਾਂ ਤੱਕ ਯਾਦ ਕਰਨਗੀਆਂ। ਸਰਦਾਰ ਦਿਲਾਵਰ ਸਿੰਘ ਦੇ ਸਰੀਰ ਦੇ ਚੀਕੜੇ ਉੱਡ ਗਏ, ਸੋਲਾਂ ਰਾਖੀਆਂ ਸਮੇਤ ਬੇਅੰਤ ਸਿੰਘ ਨੂੰ ਤੂੰਬਾ ਤੂੰਬਾ ਕਰਕੇ ਬਖੇਰ ਦਿੱਤਾ। ਇਉਂ ਪੰਜਾਬ ਵਿੱਚੋਂ ਜਾਂ ਬਾਜ ਰੱਖ ਕੇ ਸਰਦਾਰ ਦਿਲਾਵਰ ਸਿੰਘ ਨੇ ਖੂਨ ਦੀ ਹੋਲੀ ਬੰਦ ਕਰਵਾਈ, ਹੋਰ ਅਣਗਿਣਤ ਸਿੱਖ ਗੱਭਰੂਆਂ ਨੂੰ ਅਣਪਛਾਤੀਆਂ ਲਾਸ਼ਾਂ ਬਣਨ ਤੋਂ ਬਚਾਇਆ। ਗੁਰੂ ਘਰ ਵਾਲਿਓ, ਸਾਰੇ ਸਿੱਖ ਪੰਥ ਨੇ ਸੌਖਾ ਸਾਹ ਲਿਆ। ਸਿੱਖ ਨੌਜਵਾਨਾਂ ਦਾ ਟੀਕਾ ਲਾ ਕੇ ਖੂਨ ਪੀਣ ਵਾਲਾ ਬੇਅੰਤ ਸਿੰਘ ਸੈਂਟਰੀ ਏਟ ਚੰਡੀਗੜ੍ਹ 31/8/1995 ਦੇ ਸਾਹਮਣੇ ਕਖੜੀ ਕਰੇਲੇ ਹੋ ਗਿਆ। ਇਸਦੀ ਲਾਸ਼ ਨੂੰ ਇਕੱਠੀ ਕਰਕੇ ਅਗਲੇ ਦਿਨ ਸ਼ਮਸ਼ਾਨ ਘਾਟ ਲਿਜਾਇਆ ਗਿਆ। ਹਿੰਦੂ ਆਏ, ਕਾਂਗਰਸੀ ਆਏ, ਕਾਮਰੇਡ ਆਏ, ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਕੋਈ ਸਿੱਖ ਰਸਮੀ ਤੌਰ ਤੇ ਵੀ ਇਸਦੇ ਅੰਤਮ ਕਿਰਿਆਵਾਂ ਤੇ ਨਾ ਗਿਆ। ਸਿਰਫ ਤੇ ਸਿਰਫ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਅੰਮ੍ਰਿਤਧਾਰੀ ਸਿੱਖ ਬੇਅੰਤ ਸਿੰਘ ਦੇ ਸਤਿਕਾਰ ਤੇ ਜਾ ਕੇ ਹਾਜ਼ਰ ਹੋਇਆ। ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਪੈਰਾਂ ਹੇਠ ਮਧੋੜ ਕੇ ਇਹ ਸੱਥਣ ਦਿਲ ਇਨਸਾਨ ਸਿੱਖ ਦੁਸ਼ਮਣਾਂ ਦੇ ਮਨਾਂ ਦਾ ਚੀਤਾ ਬਣ ਗਿਆ। ਇੱਕ ਪਾਸੇ ਸ੍ਰੀ ਬੇਅੰਤ ਸਿੰਘ ਜਿੰਦਾਬਾਦ, ਸ੍ਰੀ ਬੇਅੰਤ ਸਿੰਘ ਅਮਰ ਰਹੇ, ਅਮਰ ਸ਼ਹੀਦ ਬੇਅੰਤ ਸਿੰਘ, ਤੇਰੇ ਸ਼ੁਰੂ ਕੀਤੇ ਮਹਾਨ ਕਾਰਜਾਂ ਜਾਣੀ ਕਿ ਸਿੱਖਾਂ ਦਾ ਖਾਤਮਾ ਨੂੰ ਪੂਰਾ ਕਰਾਂਗੇ ਦੇ ਉੱਚੇ ਨਾਅਰੇ ਗੂੰਜ ਰਹੇ ਸਨ। ਉੱਥੇ ਹੀ ਸ੍ਰੀ ਬਾਦਲ ਜੀ ਬੇਅੰਤ ਸਿੰਘ ਦੀ ਲਾਸ਼ ਤੇ ਚਾਦਰ ਪਾ ਕੇ ਮੱਥਾ ਟੇਕ ਰਿਹਾ ਸੀ। ਅਜਿਹੇ ਅਣਗਿਣਤ ਸਿੱਖ ਆਗੂ ਸਿੱਖ ਮਾਨਸਿਕਤਾ ਨੂੰ ਲੰਮੇ ਸਮੇਂ ਤੋਂ ਕੁਚਲਦੇ ਆ ਰਹੇ ਹਨ। ਆਮ ਜਨ ਸਮੂਹ ਭੇਡਾਂ ਵਾਂਗ ਨੀਵੀਂ ਪਾਈ ਕਤਲਗਾਹ ਵੱਲ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਟੁੱਕੜ ਹੋਜ ਕਿਸਮ ਦੇ ਜਥੇਦਾਰ ਬਾਦਲ ਸਾਹਿਬ ਨੂੰ ਵੀ ਮਹਾਨ ਪੰਥਕ ਸੇਵਾ ਬਦਲੇ ਸੰਤ ਰਤਨ ਖਤਰੇ ਕੌਮ ਦੇ ਖਿਤਾਬ ਨਾਲ ਜ਼ਰੂਰ ਨਿਵਾਜਣਗੇ, ਜਿਹੜਾ ਕਿ ਮੈਂ ਪਹਿਲਾਂ ਬਿਆਨ ਕੀਤਾ ਨਵਾਜ ਦਿੱਤਾ ਗਈ ਹੈ। ਸਰਦਾਰ ਦਿਲਾਵਰ ਸਿੰਘ ਦੇ ਜੋੜ ਦੋਮੁਖੀ ਵਾਲਾ ਕਾਰਜ ਸਰਮ ਕਾਰਜ ਨੇਪਰੇ ਚੜ੍ਹ ਕੇ ਛੋਟੀ ਉਮਰ ਵਿੱਚ ਚੁੱਕਾ ਤੱਕ ਫਖਰ ਕਰਨ ਯੋਗ ਇਤਿਹਾਸ ਸਜ ਕੇ ਆਪਣਾ ਨਾਮ ਰੋਸ਼ਨ ਕਰ ਗਿਆ। ਇਸ ਤੋਂ ਮਗਰੋਂ ਬੇਅੰਤ ਸਿੰਘ ਨੇ ਇਸ ਤੋਂ ਮਗਰੋਂ ਪੁਲਿਸ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ
ਤਾਂ ਲਾਜ ਦੇ ਵਿੱਚ ਹੋਰ ਸਹਿਯੋਗੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ। ਇਸ ਕੇਸ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ। ਸਰਦਾਰ ਜਗਤ ਹਰ ਸਿੰਘ ਹਵਾਰਾ, ਸਰਦਾਰ ਪਰਮਜੀਤ ਸਿੰਘ ਧਿਓਰਾ, ਸਰਦਾਰ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਤਾਰਾ ਨੂੰ ਬਿਨਾਂ ਖਾਸ ਸਬੂਤਾਂ ਦੇ ਕਤਲ ਵਿੱਚ ਸ਼ਾਮਲ ਮੰਨ ਕੇ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜੇਲ੍ਹ ਵਿੱਚ ਹੀ ਲੰਮਾ ਸਮਾਂ ਤੱਕ ਇਹ ਮੁਕੱਦਮਾ ਚੱਲਦਾ ਰਿਹਾ। ਇਸ ਸਮੇਂ ਦੌਰਾਨ ਜੇਲ੍ਹ ਅੰਦਰੋਂ ਸੁਰੰਗ ਪੁੱਟ ਕੇ ਕੁੱਝ ਸਿੰਘ ਨੱਚ ਜਾਣ ਵਿੱਚ ਕਾਮਯਾਬ ਹੋ ਗਏ। ਸਰਦਾਰ ਸਰਬਜੀਤ ਸਿੰਘ ਧਿਓਰਾ ਤਾਂ ਹੁਣ ਪੁਲਿਸ ਦੇ ਹੱਥ ਨਾਲ ਆਇਆ, ਪਰ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੜੈਲ ਜੇਲ੍ਹ ਵਿੱਚ ਫਿਰ ਮੁਕੱਦਮਾ ਸ਼ੁਰੂ ਹੋਇਆ। ਭਾਰਤ ਸਰਕਾਰ ਵੱਲੋਂ ਇਸ ਕੇਸ ਨਾਲ ਸੰਬੰਧਿਤ ਕਈ ਜੱਜ ਬਦਲੇ ਗਏ। ਪੈਰ ਕਸੀਟ ਦਾ ਇਹ ਕੇਸ ਆਖਰੀ ਮੋੜ ਤੇ ਆ ਪਹੁੰਚਿਆ। 31 ਜੁਲਾਈ 2007 ਨੂੰ ਸਰਦਾਰ ਹਵਾਰਾ, ਬਲਵੰਤ ਸਿੰਘ ਰਾਜੋਆਣਾ ਅਤੇ ਸਾਥੀਆਂ ਵੱਲੋਂ ਬਚਾਓ ਪੱਖ ਦੇ ਵਕੀਲਾਂ ਨੇ ਜੋ ਦਲੇਰੀ ਦਾ ਅਤੇ ਜਾਣਕ ਦਾ ਸਬੂਤ ਦਿੱਤਾ ਉਹ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਸਰਦਾਰ ਅਮਰ ਸਿੰਘ ਚਾਹਲ, ਸਰਦਾਰ ਨਵਕਿਰਨ ਸਿੰਘ ਅਤੇ ਸ੍ਰੀਮਾਨ ਅਰਵਿੰਦ ਠਾਕੁਰ ਵਕੀਲ ਨੇ ਜੋ ਦਲੀਲਾਂ ਪੇਸ਼ ਕੀਤੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਹੈ। ਜਦੋਂ ਸਰਕਾਰੀ ਵਕੀਲਾਂ ਨੇ ਜੱਜ ਅੱਗੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਵਕਾਲਤ ਕੀਤੀ, ਉਸ ਵਕਤ ਬਚਾਓ ਪੱਖ ਦੇ ਵਕੀਲਾਂ ਨੇ ਬੇਬਾਕੀ ਦਾ ਸਬੂਤ ਦਿੰਦਿਆਂ ਇਹਨਾਂ ਨੌਜਵਾਨਾਂ ਦਾ ਪੱਖ ਜਿਵੇਂ ਪੇਸ਼ ਕੀਤਾ ਉਸ ਦਾ ਸੰਖੇਪ ਸਾਰ ਮੈਂ ਕੁਝ ਇਸ ਤਰ੍ਹਾਂ ਬਿਆਨ ਕਰ ਰਿਹਾ ਹਾਂ। ਜੱਜ ਸਾਹਿਬ, ਇਹਨਾਂ ਮੁੰਡਿਆਂ ਨੇ ਕੋਈ ਅਪਰਾਧ ਨਹੀਂ ਕੀਤਾ। ਇੱਕ ਸਾਜਿਸ਼ ਤਹਿਤ ਇਹਨਾਂ ਨੂੰ ਕਤਲ ਕੇਸ ਵਿੱਚ ਫਸਾਇਆ ਗਿਆ ਹੈ। ਸ਼ੱਕ ਦੇ ਆਧਾਰ ਤੇ ਬਿਨਾਂ ਸੋਚ ਸਬੂਤਾਂ ਤੋਂ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਹੀ ਨਹੀਂ ਜਾ ਸਕਦੀ। ਜਿਸ ਨੌਜਵਾਨ ਸਰਦਾਰ ਜਗਾਵਰ ਸਿੰਘ ਨੂੰ ਬੇਅੰਤ ਸਿੰਘ ਦੇ ਕਤਲ ਦਾ ਮੁੱਖ ਦੋਸ਼ੀ ਦੱਸਿਆ ਗਿਆ ਹੈ ਉਹ ਇਸ ਵਕਤ ਜੀਵਿਤ ਨਹੀਂ ਹੈ। ਉਸਦੇ ਨਾਲ ਇਸ ਕਤਲ ਵਿੱਚ ਹੋਰ ਕੌਣ ਕੌਣ ਸ਼ਾਮਲ ਸਨ ਸਰਕਾਰੀ ਧਿਰ ਸਬੂਤ ਪੇਸ਼ ਕਰਨ ਨੂੰ ਅਸਮਰੱਥ ਰਹੀ ਹੈ। ਜੇ ਇਹ ਨੌਜਵਾਨ ਕਤਲ ਵਿੱਚ ਸ਼ਾਮਲ ਹੋਣਗੇ ਜਿਵੇਂ ਕਿ ਸਰਕਾਰੀ ਧਿਰ ਨੇ ਦਾਅਵਾ ਕੀਤਾ ਹੈ ਤਾਂ ਵੀ ਇਹ ਬੇਕਸੂਰ ਹਨ, ਸਮੇਤ ਸਰਦਾਰ ਦਿਲਾਵਰ ਸਿੰਘ ਜੀ। ਦੁਨੀਆਂ ਭਰ ਦੇ ਲਿਖਤੀ ਅਤੇ ਮੌਖਿਕ ਕਾਨੂੰਨ ਹਰ ਇਨਸਾਨ ਨੂੰ ਇਹ ਅਧਿਕਾਰ ਦਿੰਦੇ ਹਨ ਕਿ ਜੇ ਕੋਈ ਵਿਅਕਤੀ ਮੰਦੇ ਇਰਾਦੇ ਨਾਲ ਕਿਸੇ ਦੇ ਘਰ ਵਿੱਚ ਦਾਖਲ ਹੋਵੇ, ਘਰ ਦੇ ਜਾਨ ਮਾਲ ਅਤੇ ਕਿਸੇ ਨੂੰ ਖਤਰਾ ਹੋਵੇ, ਉਸ ਹਾਲਤ ਵਿੱਚ ਦੁਰਾਚਾਰੀ ਮਨੁੱਖ ਨੂੰ ਕਤਲ ਵੀ ਕੀਤਾ ਜਾ ਸਕਦਾ ਹੈ। ਇਹ ਕਤਲ ਬੁਰੇ ਇਰਾਦੇ ਨਾਲ ਨਹੀਂ ਕੀਤਾ ਗਿਆ, ਸਗੋਂ ਆਪਣੀ ਜਾਨ ਮਾਲ ਦੀ ਰਾਖੀ ਵੀ ਕੀਤਾ ਗਿਆ ਹੈ। ਅਜਿਹੇ ਕਤਲ ਵਿੱਚ ਅਦਾਲਤਾਂ ਸਜ਼ਾ ਨਹੀਂ ਦਿਆ ਕਰਦੀਆਂ। ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਦਿਆਂ 2 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾ ਦਿੱਤਾ। ਸਾਰੇ ਮਨੁੱਖੀ ਅਧਿਕਾਰ ਕੁਚਲ ਦਿੱਤੇ ਗਏ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ। ਸੁਪਰੀਮ ਕੋਰਟ ਨੇ ਇਸ ਕਤਲੋਗ੍ਰਸਤ ਨੂੰ ਸਿੱਖਾਂ ਦੀ ਨਸ਼ਲ ਕੁਸ਼ੀ ਦੇ ਬਰਾਬਰ ਮੰਨਿਆ। ਇਹਨਾਂ ਸਰਕਾਰੀ ਜੁਰਮਾਂ ਦੀ CBI ਨੂੰ ਪੜਤਾਲ ਕਰਨ ਲਈ ਹੁਕਮ ਦਿੱਤਾ ਗਿਆ। ਸਰਦਾਰ ਜਸਵੰਤ ਸਿੰਘ ਖਾਲੜਾ ਨੇ 25,000 ਸਿੱਖ ਨੌਜਵਾਨਾਂ ਨੂੰ ਅਣਪਛਾਤੇ ਕਹਿ ਕੇ ਸਾੜੇ ਗਏ ਦੇ ਪਤੇ ਸਰਨਾਮੇ ਲੱਭ ਲਏ। 2,000 ਸਿੱਖ ਗੱਭਰੂਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਨੂੰ ਸਰਕਾਰੀ ਮਨੁੱਖੀ ਅਧਿਕਾਰ ਕਮਿਸ਼ਨ ਸਵੀਕਾਰ ਕਰ ਚੁੱਕਿਆ ਹੈ। ਵੈਸੇ ਗੈਰ ਸਰਕਾਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ 2 ਲੱਖ ਤੋਂ ਵੱਧ ਵਿਅਕਤੀ ਪੰਜਾਬ ਵਿੱਚ ਮਾਰੇ ਗਏ ਦਾ ਦਾਅਵਾ ਸਬੂਤਾਂ ਸਹਿਤ ਪੇਸ਼ ਕਰ ਦਿੱਤਾ ਹੈ। ਉਹਨਾਂ 2 ਲੱਖ ਇਨਸਾਨਾਂ ਦਾ ਕਾਤਲ ਕੌਣ
ਗੋਲੀ ਮਾਰ ਦੇਣ ਦੀ। ਲੱਖਾਂ ਬੇਦੋਸ਼ੇ ਇਨਸਾਨਾਂ ਦੇ ਕਾਤਲ ਤੇ ਮੁਕੱਦਮਾ ਨਹੀਂ ਚੱਲਿਆ, ਕਿਸੇ ਨੂੰ ਸਜ਼ਾ ਨਹੀਂ ਮਿਲੀ। ਦੂਜੇ ਪਾਸੇ ਜੇ ਸਰਦਾਰ ਜਨਾਵਰ ਸਿੰਘ ਵਰਗਾ ਸ਼ੇਰ ਮਰਦ ਆਪਣੀ ਕੁਰਬਾਨੀ ਦੇ ਕੇ ਦੋ ਲੱਖ ਵਿਅਕਤੀਆਂ ਦੇ ਕਾਤਲ ਬੇਅੰਤ ਸਿੰਘ ਨੂੰ ਕਤਲ ਨਾ ਕਰਦਾ, ਹੋਰ ਕੀ ਤਾਰਾ ਸੀ। ਇਸ ਸ਼ਖਸ ਨੇ ਸਿੱਖ ਕੌਮ ਨੂੰ ਤਬਾਹੀ ਦੇ ਕੰਨੇ ਲਿਆ ਖੜਾ ਕੀਤਾ ਸੀ। ਇਸ ਪਾਪੀ ਮੁੱਖ ਮੰਤਰੀ ਨੇ ਪਤਾ ਨਹੀਂ ਹਜੇ ਹੋਰ ਕਿੰਨੇ ਲੋਕਾਂ ਦੇ ਪੁਲਿਸ ਮੁਕਾਬਲੇ ਬਣਵਾ ਕੇ ਮਾਰ ਮੁਕਾਉਣਾ ਸੀ। ਇਸ ਜੁਰਮ ਦੀ ਇੰਤਹਾ ਨੂੰ ਰੋਕਣ ਦਾ ਇੱਕੋ ਇੱਕ ਆਖਰੀ ਰਾਹ ਸੀ ਉਸ ਨੂੰ ਮਾਰ ਮੁਕਾਉਣਾ। ਇਹੀ ਆਖਰੀ ਤਰੀਕਾ ਅਪਣਾ ਕੇ ਜ਼ਾਲਮ ਨੂੰ ਜੁਰਮ ਕਰਨੋਂ ਰੋਕਿਆ ਗਿਆ ਸੀ। ਜੇ ਅਦਾਲਤ ਇਸ ਪੱਖ ਨੂੰ ਸਾਹਮਣੇ ਰੱਖੇ ਤਾਂ ਇਹ ਸਾਰੇ ਨੌਜਵਾਨ ਨਿਰਦੋਸ਼ ਮੰਨੇ ਜਾਣਗੇ। ਸੰਸਾਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਇਹਨਾਂ ਨੂੰ ਵੱਡੇ ਵੱਡੇ ਅਮਨ ਪੁਰਸਕਾਰਾਂ ਨਾਲ ਨਿਵਾਜਣਗੀਆਂ। ਇਹਨਾਂ ਨੌਜਵਾਨਾਂ ਦੀ ਬਹਾਦਰੀ ਅਤੇ ਜਾਣਪ ਸਦਕਾ ਪੰਜਾਬ ਵਿੱਚੋਂ ਖੂਨ ਦੇ ਦਰਿਆ ਵਗਣੇ ਬੰਦ ਹੋ ਸਕੇ। ਆਪਣੀ ਇੱਜ਼ਤ ਅਤੇ ਜਾਨ ਮਾਲ ਦੀ ਰਾਖੀ ਕਰਦਿਆਂ ਵਿਗੜੇ ਮਨੁੱਖ ਨੂੰ ਜੇ ਕਤਲ ਵੀ ਕਰ ਦਿੱਤਾ ਜਾਵੇ ਤਾਂ ਇਸ ਨੂੰ ਜੁਰਮ ਨਹੀਂ ਮੰਨਿਆ ਜਾਂਦਾ। ਇਹਨਾਂ ਨੌਜਵਾਨਾਂ ਨੇ ਪੂਰੀ ਸਿੱਖ ਕੌਮ ਦੀ ਜਾਨ ਮਾਲ ਤੇ ਇੱਜ਼ਤ ਨੂੰ ਬਚਾਉਣ ਖਾਤਰ ਬੇਅੰਤ ਸਿੰਘ ਵਰਗੇ ਮਹਾਂਪਾਪੀ ਲੱਖਾਂ ਮਨੁੱਖਾਂ ਦੇ ਕਾਤਲ ਨੂੰ ਮਾਰ ਵੀ ਦਿੱਤਾ ਹੈ ਤਾਂ ਇਹ ਕੋਈ ਅਪਰਾਧ ਨਹੀਂ ਕੀਤਾ, ਉਸ ਨੂੰ ਬੁਰਾਈ ਤੋਂ ਰੋਕਣ ਦਾ ਇਹੀ ਆਖਰੀ ਚਾਰਾ ਸੀ। ਗੁਰੂ ਘਰ ਵਾਲਿਓ, ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਆਪਣੀ ਕਿਤਾਬ ਸਿੱਖੀ ਦੇ ਝੰਡਾ ਬਰਦਾਰ ਇਸ ਦੇ ਵਿੱਚ ਇਸ ਸਾਰੇ ਵਰਤਾਂਤ ਨੂੰ ਬਿਆਨ ਕੀਤਾ ਸੀ, ਜੋ ਕਿ ਜਿਹਨਾਂ ਜਿਹਨਾਂ ਨੇ ਇਹ ਪੜ੍ਹਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਹਨੂੰ ਮਾਨ ਸਨਮਾਨ ਦਿੰਦੇ ਆ ਰਹੇ ਨੇ। ਤੇ ਖੈਰ, ਮੈਂ ਤੇ ਹੁਣ ਅੱਗੋਂ ਬੇਨਤੀ ਕਰਾਂ ਕਿ ਦੁਨੀਆਂ ਤੇ ਲੋਕੀ ਜਨਮ ਬਹੁਤ ਲੈਂਦੇ ਨੇ, ਬੜੇ ਬੱਚੇ ਜਨਮਦੇ ਨੇ, ਪਰ ਜਿਉਣ ਦਾ ਵੱਲ ਇਸ ਗਿਰਦੇ ਨੂੰ ਆਉਂਦਾ, ਸਾਰਿਆਂ ਨੂੰ ਜਿਉਣ ਦਾ ਵੱਲ ਨਹੀਂ ਆਉਂਦਾ। ਜ਼ਿੰਦਗੀ ਨੂੰ ਧੱਕਾ ਦੇ ਕੇ ਸੰਸਾਰ ਤੋਂ ਬਿਨਾਂ ਕੁਝ ਸਾਰਥਕ ਕਾਰਜ ਕੀਤੇ ਵਿਦਾ ਹੋ ਜਾਂਦੇ ਨੇ, ਅਸੀਂ ਉਹਨਾਂ ਦਾ ਨਾਮ ਵੀ ਨਹੀਂ ਜਾਣਦੇ। ਸਾਨੂੰ ਨਹੀਂ ਪਤਾ ਉਹ ਕਦੀ ਪੈਦਾ ਵੀ ਹੋਏ ਸੀ ਕਿ ਨਹੀਂ ਹੋਏ ਸੀ। ਮੈਂ ਮੇਰੇ ਸਮੇਤ ਹੋਰ ਪਤਾ ਨੀ ਦੁਨੀਆਂ ਦੇ ਕਿੰਨੇ ਲੋਕ ਨੇ ਜਿਹੜੇ ਮੌਜੂਦ ਨੇ ਜਾਂ ਕੱਲ ਨੂੰ ਪੈਦਾ ਹੋਣਗੇ, ਉਹਨਾਂ ਚੋਂ ਕਿੰਨਿਆਂ ਨੂੰ ਯਾਦ ਕੀਤਾ ਜਾਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਹੀ ਪਤਾ ਲੱਗ ਸਕਦਾ। ਤੇ ਇੱਥੇ ਮਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਹੈ, ਮਰਦੀ ਜਿਹਨੇ ਪੈਦਾ ਹੋਏ ਹੈ ਉਹਨੇ ਮਰ ਵੀ ਜ਼ਰੂਰ ਜਾਣਾ, ਪਰ ਕਦੀ ਧਿਆਨ ਮਾਰ ਕੇ ਵੇਖੋ ਅਸੀਂ ਮਰ ਕਿਸ ਵਾਸਤੇ ਰਹੇ ਹਾਂ, ਸਾਡੀ ਮੌਤ ਕਿਵੇਂ ਆਈ ਹੈ, ਸਾਨੂੰ ਮਰਨ ਦਾ ਸਾਡੇ ਕਾਰਨ ਕੀ ਹੈ। ਕਦੀ ਆਪਾਂ ਸੋਚ ਕੇ ਵੇਖੀਏ ਪ੍ਰਾਚੀਨ ਇਤਿਹਾਸ ਦੇ ਵਿੱਚ 80-80 ਸਾਲ ਦੇ 100-100 ਸਾਲ ਦੇ ਬਜ਼ੁਰਗ ਮਾਈ ਭਾਈ ਹੋ ਕੇ ਵੀ ਮਰੇ ਹੋਣਗੇ ਜਿਹਨਾਂ ਦੀ ਉਮਰ ਬੇਅੰਤ ਲੰਮੀ ਸੀ, ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ। ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਤਾਂ ਜਾਣਦੇ ਹਾਂ ਜੇ ਉਹਨਾਂ ਨੇ ਮਨੁੱਖਤਾ ਦੇ ਭਲੇ ਹਿੱਤ ਕੋਈ ਸਾਰਥਕ ਕਾਰਜ ਕੀਤਾ ਹੈ। ਤੇ ਜਿਹਨਾਂ ਨੇ ਬਹੁਤ ਵੱਡੇ ਸਾਰਥਕ ਕਾਰਜ ਕੀਤੇ ਨੇ ਤੇ ਉਹਨਾਂ ਨੂੰ ਦੁਨੀਆਂ ਉਮਰ ਦੇ ਹਿਸਾਬ ਨਾਲ ਨਹੀਂ ਉਹਨਾਂ ਦੇ ਕੀਤੇ ਕੰਮਾਂ ਦੇ ਕਾਰਨ ਜਾਣਦੀ ਹੈ। ਛੋਟੇ ਸਹਿਜ ਜਾਂਦੇ ਵੱਡੇ ਵੱਡੇ ਸਹਿਜ ਜਾਂਦੇ, ਆਪਾਂ ਵਿਸਥਾਰ ਦੇ ਵਿੱਚ ਨਾ ਜਾਈਏ। ਇਤਿਹਾਸ ਸਾਰਿਆਂ ਨੇ ਸੁਣਿਆ ਪੜ੍ਹਿਆ ਹੋਇਆ, ਛੋਟੇ ਸਹਿਜ ਜਾਂਦੇ ਬਹੁਤ ਛੋਟੇ ਸੀ, ਬਹੁਤ ਛੋਟੇ ਸੀ, ਪਰ ਵੱਡੇ ਸਹਿਜ ਜਾਂਦੇ ਜਿਹਨਾਂ ਨੂੰ ਕਹਿੰਦੇ ਆ ਉਹ ਵੀ ਕੋਈ ਬਹੁਤ ਵੱਡੇ ਨਹੀਂ ਸੀ, ਉਹ ਵੀ ਸਾਡੇ ਛੋਕਰੀ ਸੀ ਜੀ, ਭਾਵ ਕਿ 17 ਸਾਲ ਦੀ ਉਮਰ ਤੇ 19 ਸਾਲ ਦੀ ਉਮਰ ਕੋਈ ਬਹੁਤ ਵੱਡੀ ਉਮਰ ਨਹੀਂ ਹੁੰਦੀ। ਤੇ ਇਹਨਾਂ ਨੇ ਜੋ ਸੂਰਮ ਗਤੀ ਦੇ ਕਾਰਜ ਕਰ ਵਿਖਾਏ
ਉਹਨਾਂ ਦੇ ਕੀਤੇ ਕਾਰਜਾਂ ਦੇ ਕਾਰਨ ਅੱਜ ਤੱਕ ਉਹਨਾਂ ਨੂੰ ਵਾਰ ਵਾਰ ਸੰਸਕਾਰਾਂ ਹੁੰਦੀਆਂ ਨੇ, ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਤੇ ਗੁਰੂ ਪਿਆਰ ਵਾਲੇ ਛੋਟਿਆਂ ਨੂੰ ਤੇ ਵਾਰ ਵਾਰ ਨਮਸਕਾਰ ਹੈ ਜਿਹਨਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਦ੍ਰਿੜਤਾ ਅਤੇ ਦਲੇਰੀ ਦੇ ਨਾਲ ਆਪਣਾ ਪੱਖ ਸੂਬਾ ਸਰਹੰਦ ਵਜ਼ੀਰ ਖਾਨ ਦੇ ਸਾਹਮਣੇ ਰੱਖਿਆ, ਮੌਤ ਨੂੰ ਕਬੂਲ ਕੀਤਾ ਪਰ ਉਹਨਾਂ ਦੀ ਕੀਨ ਨਹੀਂ ਮੰਨੀ। ਗੁਰੂ ਪਿਆਰ ਵਾਲੇ ਸਭ ਤੋਂ ਵੱਡੀ ਖੂਬੀ ਇਤਿਹਾਸਕਾਰਾਂ ਨੇ ਇਹ ਦੱਸੀ ਹੈ ਕਿ ਉਹ ਵਿਅਕਤੀ ਜਿਹੜਾ ਆਪ ਖੁਦ ਹੀ ਨਾ ਮਰੇ ਬਲਕਿ ਆਪਣੇ ਦਰਦ ਨੂੰ, ਆਪਣੇ ਦੁੱਖ ਨੂੰ, ਆਪਣੀ ਮੌਤ ਨੂੰ ਕੌਮ ਦੀ ਸਾਂਝੀ ਮਲਕੀਅਤ ਬਣਾ ਦੇਵੇ। ਇਹਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਮਹਾਨ ਯੋਗ ਹੈ। ਜੇ ਕਿਤੇ ਉਹ ਕਿਤੇ ਆਪਣੀ ਘਰੇਲੂ ਲੜਾਈ ਦੇ ਕਾਰਨ ਚੁੱਪ ਚਾਪ ਆਪਣੀ ਜਾਨ ਲੇਖੇ ਲਾ ਦਿੰਦੇ ਤਾਂ ਜੋ ਅੱਜ ਫਖਰ ਦੇ ਨਾਲ ਗੁਰੂ ਅਰਜਨ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ, ਫਿਰ ਇਹ ਵੀ ਸੀ ਹੋਣਾ, ਅਸੀਂ ਇਹ ਵੀ ਕਹਿਣਾ ਸੀ ਕਿ ਇਹਨਾਂ ਦੀ ਇੱਕ ਨਿੱਜੀ ਲੜਾਈ ਹੋਵੇਗੀ। ਉਹਨਾਂ ਨੇ ਆਪਣੇ ਨਿੱਜੀ ਸਾਰੇ ਕੰਮਾਂ ਨੂੰ ਸਾਹਮਣੇ ਰੱਖ ਕੇ ਕੌਮ ਦੀ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ। ਉਹਦੀ ਗੁਰਬਾਣੀ ਦੀ ਵਿਚਾਰਧਾਰਾ ਅਤੇ ਗੁਰੂ ਨਾਨਕ ਸਾਹਿਬ ਵੱਲੋਂ ਜ਼ਿੰਦਗੀ ਜਿਉਣ ਦੇ ਸਿਖਾਏ ਚੰਜ ਤਰੀਕੇ ਉਹਨਾਂ ਨੂੰ ਜਸਾਂ ਦੇ ਵਿੱਚ ਚੰਗੀ ਤਰ੍ਹਾਂ ਸਾਹਮਣੇ ਰੱਖਿਆ, ਅਚਾਰਿਆ, ਆਪ ਜੀਵਨ ਜਿਉਂ ਕੇ ਵਿਖਾਇਆ ਤੇ ਸਿੱਖਾਂ ਨੂੰ ਜੀਵਨ ਜਾਚ ਸਿਖਾਉਣ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। ਜੇ ਕਿਤੇ ਕੋਈ ਬਿਮਾਰੀਆਂ ਪਈਆਂ ਉਹਨਾਂ ਨੇ ਬਿਮਾਰਾਂ ਦੇ ਇਲਾਜ ਵਾਸਤੇ ਯਥਾ ਸੰਭਵ ਕੋਸ਼ਿਸ਼ਾਂ ਕੀਤੀਆਂ ਤੇ ਜੇ ਕਿਤੇ ਕਾਲ ਪੈ ਗਿਆ ਤੇ ਉਹਨਾਂ ਕਾਲ ਗ੍ਰਸਤ ਲੋਕਾਂ ਦੇ ਵਿੱਚ ਅੰਨ ਦਾਣਾ ਕੱਪੜਾ ਲੀੜਾ ਵੀ ਵੰਡਿਆ ਵਰਤਾਇਆ ਤੇ ਜੇ ਕਿਸੇ ਦੀ ਮੌਤ ਵੀ ਹੋ ਗਈ ਤਾਂ ਕੰਮ ਤਾਂ ਇਹ ਸਰਕਾਰਾਂ ਦਾ ਸੀ ਪਰ ਗੁਰੂ ਅਰਜਨ ਸਾਹਿਬ ਨੇ ਸਰਕਾਰ ਦੀ ਇਸ ਬੇਪਰਵਾਹੀ ਨੂੰ ਧਿਆਨ ਵਿੱਚ ਰੱਖ ਕੇ ਜੇ ਕੋਈ ਮੁਸਲਮਾਨ ਹੈ ਉਹਨਾਂ ਨੂੰ ਕਬਰਾਂ ਪੁੱਟ ਕੇ ਦਬਾਉਣ ਦਾ ਪ੍ਰਬੰਧ ਕਰਵਾਇਆ, ਜੇ ਕੋਈ ਹਿੰਦੂ ਹੈ ਜਾਂ ਸਿੱਖ ਹੈ ਤੇ ਉਹਨਾਂ ਨੂੰ ਕਿਸੇ ਵੀ ਥਾਂ ਤੇ ਰਹਿਣ ਵਾਲੇ ਨੂੰ ਜਿੱਥੇ ਜਿੱਥੇ ਤੱਕ ਪਹੁੰਚ ਹੋ ਸਕੀ ਉਹਨਾਂ ਦਾ ਸੰਸਕਾਰ ਕਰਨ ਦਾ ਯਤਨ ਕੀਤਾ। ਇਹਨਾਂ ਵਿਅਰਥ ਕਾਰਨਾਂ ਕਰਕੇ ਗੁਰੂ ਅਰਜਨ ਸਾਹਿਬ ਦਾ ਸੰਸਕਾਰ ਲੋਕਾਂ ਦੇ ਮਨਾਂ ਚ ਬੇਅੰਤ ਬੈਠ ਗਿਆ। ਹਕੂਮਤ ਪ੍ਰਤੀ ਲੋਕਾਂ ਦੇ ਮਨਾਂ ਚ ਨਫ਼ਰਤ ਅਤੇ ਗੁਰੂ ਅਰਜਨ ਸਾਹਿਬ ਪ੍ਰਤੀ ਪਿਆਰ ਹਮਦਰਦੀ ਬੈਠਣ ਦੇ ਕਾਰਨ ਸੀ ਉਹਨਾਂ ਵੱਲੋਂ ਕੀਤੇ ਗਏ ਚੰਗੇ ਕੰਮ। ਤੇ ਗੁਰੂ ਪਿਆਰ ਵਾਲੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤਾਂ ਉਦੋਂ ਉਹ ਇੱਕ ਵਿਅਕਤੀ ਸ਼ਹੀਦ ਨਹੀਂ ਹੋਇਆ ਬਲਕਿ ਆਮ ਸਮਾਜ ਨੇ, ਆਮ ਸਿੱਖਾਂ ਨੇ, ਆਮ ਹਿੰਦੂਆਂ ਨੇ, ਆਮ ਮੁਸਲਮਾਨਾਂ ਨੇ ਜਿਹੜੇ ਕਿ ਧਰਮ ਪ੍ਰਤੀ ਥੋੜੀ ਬਹੁਤ ਵੀ ਜਾਣਕਾਰੀ ਰੱਖਦੇ ਸੀ, ਇਨਸਾਨੀਅਤ ਦਾ ਜਿਹਨਾਂ ਦੇ ਅੰਦਰ ਦਰਦ ਮੌਜੂਦ ਸੀ ਉਹਨਾਂ ਨੇ ਆਪਣੀ ਰੂਹ ਦਾ ਕਤਲ ਹੋਇਆ ਮਹਿਸੂਸ ਕੀਤਾ ਕਿ ਸਾਡੀਆਂ ਅੱਖਾਂ ਦਾ ਤਾਰਾ, ਸਾਡੀ ਜ਼ਿੰਦਗੀ ਦਾ ਸੂਰਜ ਜਿਹੜਾ ਸਾਨੂੰ ਨਿੱਤ ਬਚਾਉਣ ਵਾਸਤੇ ਯਤਨ ਕਰਦਾ, ਸਮੇਂ ਦੀ ਜ਼ਾਲਮ ਹਕੂਮਤ ਨੇ ਉਸ ਨੂੰ ਵੀ ਕਤਲ ਕਰ ਦਿੱਤਾ। ਤੇ ਇਹ ਅੰਦਰ ਜੋਸ਼, ਅੰਦਰ ਗੁੱਸਾ ਉਹਦੇ ਭਾਂਬੜ ਵੱਲ ਰਹੇ ਸਨ, ਕਿਉਂ ਕਹਿ ਲਈਏ ਹਰ ਬੰਦਾ ਮਰ ਮਿਲਣ ਵਾਸਤੇ ਤਿਆਰ ਹੋ ਗਿਆ। ਗੁਰੂ ਅਰਜਨ ਸਾਹਿਬ ਜੀ ਜੋ ਸ਼ਹੀਦੀ ਸੀ ਉਹ ਉਹਨਾਂ ਦੀ ਅਚੱਲਿਆ ਦੀ ਨਾ ਰਹਿ ਕੇ ਸਾਰੀ ਸਿੱਖ ਕੌਮ ਦੇ ਅਣਖ ਦਾ ਸਵਾਲ ਬਣ ਗਈ। ਤਾਂ ਜਿਸ ਦੀ ਬਦੌਲਤ ਗੁਰੂ ਹਰਗੋਬਿੰਦ ਸਾਹਿਬ ਦੀ ਕਮਾਨ ਦੇ ਥੱਲੇ ਜਿਹਨਾਂ ਜਿਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ ਕਿ ਹਕੂਮਤ ਵੱਲੋਂ ਇਸ ਜ਼ੁਲਮ ਨੂੰ ਰੋਕਣ ਵਾਸਤੇ ਜੋ ਜੋ ਅਸੀਂ ਕਰ ਸਕਦੇ ਹਾਂ ਉਹ ਆਪਾਂ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੀ ਕਮਾਨ ਥੱਲੇ ਇਕੱਠੇ ਹੋਈਏ, ਨਹੀਂ ਤੇ ਸਦੀਆਂ ਤੱਕ ਦੀ ਜ਼ੁਲਮ ਇਸੇ ਤਰ੍ਹਾਂ ਹੁੰਦਾ ਰਹੇਗਾ। ਗੁਰੂ ਪਿਆਰ ਵਾਲਿਓ ਇਸੇ ਤਰ੍ਹਾਂ ਅੱਗੋਂ
ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹਾਦਤ ਸੀ ਉਹ ਕੌਮੀ ਸ਼ਹਾਦਤ ਦਾ ਰੂਪ ਧਾਰਨ ਕਰਕੇ ਉਹਨਾਂ ਦੀ ਆਪਣੀ ਇਕੱਲੀ ਮੌਤ ਉਹ ਹਰ ਸਿੱਖ ਨੂੰ ਆਪਣੀ ਜ਼ਮੀਰ ਦੀ ਆਪਣੀ ਆਤਮਾ ਦੀ ਹੋਈ ਮੌਤ ਪ੍ਰਤੀਤ ਹੋਈ। ਸਾਹਿਬਜ਼ਾਦਿਆਂ ਦੀ ਹੋਈ ਮੌਤ ਕਿਵੇਂ ਕਰਨਾ ਇਹ ਸ਼ਬਦ ਮੈਂ ਜਾਣ ਕੇ ਵਰਤ ਰਿਹਾ ਕਿਉਂਕਿ ਸ਼ਹੀਦੀ ਨੂੰ ਸਟੇਜਾਂ ਦੇ ਉੱਤੇ ਸਿੱਖਣਾ ਚੋਪੜਾ ਬਣਾ ਦਿੱਤਾ ਗਿਆ। ਇਹ ਸ਼ਬਦ ਦੀ ਅੱਜ ਦੁਰਵਰਤੋਂ ਹੋ ਰਹੀ ਹੈ। ਇਹ ਸ਼ਹੀਦੀ ਸ਼ਬਦ ਨੂੰ ਸੁਣ ਕੇ ਸਾਡੇ ਅੰਦਰ ਜੋ ਜੋਸ਼ ਸੱਖ ਮਾਰਨਾ ਚਾਹੀਦਾ ਸੀ ਉਹ ਮਿਟ ਗਿਆ ਹੋਇਆ ਹੈ ਕਿਉਂਕਿ ਸਾਧ ਲਾੜੇ ਨੇ ਅਤੇ ਕੱਚ ਘਰ ਪ੍ਰਚਾਰਕਾਂ ਨੇ ਸ਼ਹੀਦੀ ਨੂੰ ਵੀ ਇੱਕ ਅਜੀਬੋ ਗਰੀਬ ਹਾਲਤ ਵਿੱਚ ਪਹੁੰਚਾ ਦਿੱਤਾ ਹੈ। ਖੈਰ ਸਤਿਗੁਰੂ ਕਿਰਪਾ ਕਰੇ ਸਾਨੂੰ ਸਮਝ ਆਵੇ ਕਿ ਸਾਡੇ ਬਹਾਦਰਾਂ ਤੋਂ ਅਸੀਂ ਕਿਵੇਂ ਅਗਵਾਈ ਲੈਣੀ ਹੈ। ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਨੇ ਜੋ ਦੂਰ ਸੁਰੂ ਗੱਦੀ ਤੇ ਕੀਰਤੀਮਾਨ ਸਥਾਪਿਤ ਕੀਤੇ ਉਹ ਉਹਨਾਂ ਦਾ ਕੌਮੀ ਜਜ਼ਬਾ ਸਿੱਖਾਂ ਦੇ ਅੰਦਰ ਇੰਨਾ ਜ਼ਬਰਦਸਤ ਢੰਗ ਨਾਲ ਪ੍ਰਵੇਸ਼ ਕਰ ਗਿਆ ਹਰ ਸਿੱਖ ਨੇ ਮਹਿਸੂਸ ਕੀਤਾ ਕਿ ਹੁਣ ਮੇਰੇ ਜਿਉਣ ਦਾ ਕੋਈ ਹੱਕ ਨਹੀਂ ਕੋਈ ਫਾਇਦਾ ਨਹੀਂ ਜੇ ਮੈਂ ਆਪਣੇ ਇੰਨੇ ਮਾਸੂਮ ਪਿਆਰੇ ਸਤਿਕਾਰੇ ਸਾਹਿਬਜ਼ਾਦਿਆਂ ਦਾ ਇਹ ਖੂਨ ਵੀ ਮੈਨੂੰ ਜਗਾ ਨਹੀਂ ਸਕਦਾ ਫਿਰ ਮੈਨੂੰ ਹੋਰ ਕਿਹੜੀ ਜਿਹੜੀ ਗੱਲ ਹੈ ਉਹ ਜਗਾ ਦੇਗੀ। ਜਿਸ ਤਰ੍ਹਾਂ ਦੇ ਟਾਈਮ ਤੇ ਇਤਿਹਾਸ ਦੇ ਵਿੱਚ ਇਹ ਗਵਾਹੀਆਂ ਦਰਜ ਨੇ ਕਿ ਜਿਹੜੇ ਸਿੱਖਾਂ ਦੇ ਮੁਖੀ ਲੀਡਰ ਹੋਇਆ ਕਰਦੇ ਸਨ ਅੰਨਾ ਸਿੰਘ ਬਹਾਦਰ ਜਾਂ ਫਿਰ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜਗ ਸਿੰਘ ਆਦਿਕ ਜਿਹੜੇ ਵੱਡੇ ਜਰਨੈਲ ਸਨ ਸਿੱਖਾਂ ਦੇ ਉਹਨਾਂ ਨੇ ਜਦੋਂ ਵੀ ਕਦੇ ਕਿਤੇ ਹੱਲਾ ਬੋਲਣਾ ਤਾਂ ਇਹੋ ਸਿੱਖਾਂ ਨੂੰ ਕੇਵਲ ਕਹਿਣਾ ਕਿ ਮੇਰੇ ਭਾਈਓ ਸਾਡੇ ਵੀਰੋ ਸਾਨੂੰ ਉਹ ਸਰਹੰਦ ਦੀਆਂ ਦੀਵਾਰਾਂ ਯਾਦ ਕਰਦੀਆਂ ਨੇ ਸਾਨੂੰ ਚਮਕੌਰ ਦੀ ਗੜੀ ਯਾਦ ਕਰਦੀ ਹੈ। ਯਾਦ ਕਰੋ ਕਿ ਉੱਥੇ ਕੀ ਭਜਵਾ ਰਿਹਾ ਸੀ ਉਹਨਾਂ ਸਾਹਿਬਜ਼ਾਦਿਆਂ ਨੇ ਆਪਣੇ ਅਸੂਲਾਂ ਤੇ ਪ੍ਰਪੱਕ ਰਹਿੰਦਿਆਂ ਕਿੰਨੀ ਸੋਮ ਗਤੀ ਦਾ ਸਬੂਤ ਦਿੱਤਾ ਸੀ ਅੱਜ ਤੁਹਾਨੂੰ ਮੁੜ ਕੇ ਸਾਹਿਬਜ਼ਾਦੇ ਅੰਗਾਰ ਪਾ ਰਹੇ ਨੇ। ਬਸ ਇਹ ਦੋ ਚਾਰ ਸ਼ਬਦਾਂ ਦੇ ਪਹਿਲ ਦੀ ਲੋੜ ਸੀ ਤੇ ਉਸ ਤੋਂ ਬਾਅਦ ਸਿੱਖਾਂ ਦੇ ਅੰਦਰ ਜੋਸ਼ ਠਾਠਾ ਮਾਰਨ ਲੱਗ ਪੈਂਦਾ ਸੀ ਤੇ ਉਹਨਾਂ ਨੂੰ ਲੰਮੇ ਲੈਕਚਰਾਂ ਦੀ ਲੋੜ ਨਹੀਂ ਸੀ ਪੈਂਦੀ। ਇਹਨਾਂ ਕੁਝ ਬੋਲਾਂ ਦੇ ਰਾਹੀਂ ਉਹ ਆਪਣੀ ਜਾਨ ਦੀ ਬਾਜੀ ਤੱਕ ਲਾ ਦਿਆਂ ਕਰਦੇ ਸਨ ਤੇ ਇਹਨਾਂ ਕੌਮੀ ਸ਼ਹੀਦਾਂ ਨੂੰ ਆਪਣੇ ਸਰਮੁਖ ਰੱਖਦੇ। ਇਹਨਾਂ ਕੌਮੀ ਸ਼ਹੀਦਾਂ ਦੀ ਜੋ ਦੇਰ ਸੀ ਉਹਨੂੰ ਅੱਗੋਂ ਮਿਸਲਾਂ ਦਾ ਸਾਰਾ ਇਤਿਹਾਸ ਸਜੀਵ ਕਰਦਾ ਹੈ ਸਾਡੇ ਸਾਹਮਣੇ ਲਿਆਉਂਦਾ ਹੈ। ਬੀਬੇ ਕੋਈ ਚਰਖੜੀਆਂ ਤੇ ਚੜ ਗਿਆ ਕਿਸੇ ਦੇ ਬੰਦ ਬੰਦ ਕੱਟੇ ਗਏ ਕਿਸੇ ਦੀ ਖੋਪੜੀ ਉਤਰ ਗਈ ਤੇ ਕਿਸੇ ਦੇ ਸਿਰਾਂ ਦੇ ਮੁੱਲ ਪੈ ਗਏ ਘਰ ਘਰ ਉਜੜ ਗਏ ਪਰ ਸਿੱਖਾਂ ਨੇ ਇਸ ਕੌਮੀ ਵਿਰਾਸਤ ਨੂੰ ਸੰਭਾਲਿਆ ਤੇ ਆਪਣੇ ਦੇਸ਼ ਨੂੰ ਜਿਹੜਾ ਕਿ ਗੁਲਾਮ ਸੀ ਸਦੀਆਂ ਤੋਂ ਉਹਨੂੰ ਆਜ਼ਾਦ ਕਰਾਉਣ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਲੱਕ ਬੰਨਿਆ ਕੁਰਬਾਨੀ ਕੀਤੀ ਅਤੇ ਦੁੱਖ ਝੱਲੇ ਤਾਂ ਇਹ ਸਿਲਸਿਲਾ ਚੰਗਾ ਹੋਇਆ 84 ਤੱਕ ਪਹੁੰਚ ਗਿਆ ਜਿਹਨੂੰ ਆਪਾਂ 1984 ਕਹਿੰਦੇ ਹਾਂ। ਸਿੱਖਾਂ ਦੇ ਉੱਤੇ ਹੋਣੀਆਂ ਵਜੀਫੀਆਂ ਨੂੰ ਅਨੇਕਾਂ ਹੋਰ ਲੋਕਾਂ ਨੇ ਉਭਾਰਿਆ ਪਰ ਕੇਵਲ ਉਭਾਰਿਆ ਉਹ ਦਿਲੋਂ ਸਰਜੀਅਤ ਨਹੀਂ ਸਨ ਉਹ ਦਿਲੋਂ ਵਫਾਦਾਰੀ ਨਾਲ ਇਹ ਕੰਮ ਨਹੀਂ ਸੀ ਕਰਦੇ ਸਗੋਂ ਸਦੀਆਂ ਦੀ ਪ੍ਰਾਪਤੀ ਵਾਸਤੇ ਉਹ ਇਸ ਤਰ੍ਹਾਂ ਕਰਦੇ ਬਾਅਦ ਦੇ ਵਿੱਚ ਪ੍ਰਗਟ ਹੋ ਗਏ। ਇਸੇ ਸਮੇਂ ਦੇ ਦੌਰਾਨ ਜਦੋਂ ਭਾਰਤ ਸਰਕਾਰ ਨੇ 1992 ਦੇ ਵਿੱਚ ਚੋਣਾਂ ਕਰਵਾ ਦਿੱਤੀਆਂ ਜਿਹੜੀਆਂ ਕਿ ਚੋਣਾਂ ਗੈਰ ਕਾਨੂੰਨੀ ਸੀ ਭਾਵ ਕਿ ਮੈਂ ਉਹਨਾਂ ਚੋਣਾਂ ਦੇ ਦੌਰਾਨ ਚੋਣਾਂ ਕਰਵਾਉਣ ਵਾਲੇ ਜਿਹੜੇ ਮੁਲਾਜ਼ਮ ਹੁੰਦੇ ਨੇ ਸਰਕਾਰੀ ਤੌਰ ਤੇ ਡਿਊਟੀਆਂ ਕਰ ਰਹੇ ਉਹਨਾਂ ਦੇ ਵਿੱਚ ਮੇਰੀ ਖੁਦ ਡਿਊਟੀ ਲੱਗੀ ਹੋਈ ਸੀ ਸਰਕਾਰੀ ਮੁਲਾਜ਼ਮ ਸੀ ਮੈਂ ਤੇ ਮੈਂ ਆਪ ਅੱਖੀ ਵੇਖ ਕੇ ਘੁੰਮ ਕੇ ਫਿਰ ਕੇ ਵੇਖਿਆ ਜਿਹੜੇ MLA ਸੋਏ ਗਏ ਨੇ
ਉਹਨਾਂ ਨੂੰ 5% ਵੀ ਵੋਟਾਂ ਨਹੀਂ ਪਈਆਂ। 95% ਲੋਕਾਂ ਨੇ ਵੋਟਾਂ ਪਾਈਆਂ ਹੀ ਨਹੀਂ, ਜਿਹਨਾਂ ਨੇ ਪਾਈਆਂ ਨੇ ਜਿੰਨੀਆਂ ਵੋਟਾਂ ਉਹ ਵੀ ਬਹੁਤੀਆਂ ਉਹਨਾਂ ਚੋਂ ਜਾਲੀ ਭੁਗਤਾਈਆਂ ਗਈਆਂ ਨੇ। ਬਿਨਾਂ ਵੋਟਾਂ ਤੋਂ, ਬਿਨਾਂ ਕਿਸੇ ਕਾਨੂੰਨ ਸੰਵਿਧਾਨ ਤੋਂ 5-4% ਵੋਟਾਂ ਪ੍ਰਾਪਤ ਕਰਨ ਦਾ ਸਾਬਿਤ ਕਰਕੇ ਪੰਜਾਬ ਦੇ ਵਿੱਚ ਬੇਅੰਤ ਸਿੰਘ ਨਾਮ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਇੱਥੇ ਪੰਜਾਬ ਸਰਕਾਰ ਬਣਾ ਦਿੱਤੀ। ਗੁਰੂ ਪਿਆਰ ਵਾਲਿਓ, ਤੇ ਇਸ ਪੰਜਾਬ ਸਰਕਾਰ ਦੇ ਰਾਹੀਂ ਭਾਰਤ ਸਰਕਾਰ ਨੇ ਬੇਅੰਤ ਸਿੰਘ ਨੂੰ ਆਪਣਾ ਹੱਥ ਠੋਕਾ ਬਣਾ ਕੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ, ਘਾਣ ਕਰਨਾ ਸ਼ੁਰੂ ਕਰ ਦਿੱਤਾ। ਇਹ ਮੈਂ ਪਹਿਲਾਂ ਬਿਆਨ ਕਰ ਚੁੱਕੀ ਹਾਂ, ਲਗਭਗ 2 ਲੱਖ ਨੌਜਵਾਨਾਂ ਨੂੰ ਖੋ ਖੋ ਕੇ ਮਾਰ ਦਿੱਤਾ ਗਿਆ ਤੇ ਉਹਨਾਂ ਨੌਜਵਾਨਾਂ ਨੂੰ ਮਾਰ ਕੇ ਦਰਿਆਵਾਂ ਚ ਸੁੱਟ ਦਿੱਤਾ ਗਿਆ। ਉਹਨਾਂ ਦੇ ਪਤੇ ਆਦਿਕ ਵੀ ਨਹੀਂ ਰਹਿਣ ਦਿੱਤੇ, ਲਾਵਾਰਸ ਲਾਸ਼ਾਂ ਕਹਿ ਕੇ ਮੱਛੀਆਂ ਦਾ ਖਾਚਾ ਬਣਾ ਦਿੱਤੇ ਗਏ। ਅਜੀਤ ਸਿੰਘ ਸੰਧੂ ਨਾਮ ਦਾ ਐਸਐਸਪੀ ਤਰਨ ਤਾਰਨ ਦਾ ਉਹ ਬੇਅੰਤ ਇਸ ਕਤਲੋਂ ਕਾਰਨ ਦੇ ਵਿੱਚ ਬਦਨਾਮ ਸੀ ਤੇ ਜਦੋਂ ਉਹਦੇ ਤੇ ਬਾਅਦ ਦੇ ਵਿੱਚ ਮੁਕੱਦਮੇ ਚਲਾਏ ਗਏ ਭਾਰਤ ਸਰਕਾਰ ਵੱਲੋਂ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਦਬਾਅ ਪੈਣ ਦੇ ਕਾਰਨ ਤਾਂ ਉਸ ਬੰਦੇ ਨੇ ਕਿਹਾ ਜਾਂਦਾ ਕਿ ਰੇਲ ਦੇ ਪਹੀਏ ਹੇਠਾਂ ਆ ਕੇ ਆਪਣੀ ਜਾਨ ਗਵਾ ਲਈ, ਆਤਮ ਹੱਤਿਆ ਕਰ ਲਈ, ਪਰ ਇਹ ਸੱਚ ਨਹੀਂ ਹੈ। ਉਹਦਾ ਭੇਤ ਵਟਾ ਕੇ ਉਹਨੂੰ ਦੁਨੀਆ ਦੇ ਕਿਸੇ ਹੋਰ ਕੋਨੇ ਚ ਭੇਜ ਦਿੱਤਾ ਗਿਆ, ਕਿਉਂਕਿ ਅੱਜ ਕੱਲ੍ਹ ਪਲਾਸਟਿਕ ਸਰਜਰੀ ਹੋ ਕੇ ਬੰਦੇ ਦਾ ਚਿਹਰਾ ਮੋਹਰਾ ਵੀ ਬਦਲਿਆ ਜਾ ਸਕਦਾ। ਅਸਲ ਦੇ ਵਿੱਚ ਜਿਵੇਂ ਕਿ ਸ਼ੱਕ ਜ਼ਾਹਰ ਕੀਤਾ ਗਿਆ ਵਿਦਵਾਨਾਂ ਵੱਲੋਂ, ਤਾਂ ਉੱਥੇ ਕੋਈ ਬੰਦਾ ਹੋਰ ਮਾਰ ਦਿੱਤਾ ਗਿਆ, ਉਹਦੀ ਲਾਸ਼ ਦੀ ਪਛਾਣ ਨਹੀਂ ਕੀਤੀ ਗਈ, ਛੇਤੀ ਤੋਂ ਛੇਤੀ ਉਹਦਾ ਸੰਸਕਾਰ ਕਰ ਦਿੱਤਾ ਗਿਆ ਤੇ ਅਜੀਤ ਸਿੰਘ ਸੰਧੂ ਨੂੰ ਵਿਦੇਸ਼ਾਂ ਚ ਭੇਜ ਕੇ ਕਿਤੇ ਤੱਕ ਕਰ ਦਿੱਤਾ ਗਿਆ। ਕਾਰਨ ਇਹ ਸੀ, ਅਜੀਤ ਸਿੰਘ ਸੰਧੂ ਨੇ ਕਹਿ ਦਿੱਤਾ ਸੀ ਇਹ ਕਤਲ ਮੈਂ ਇਕੱਲੇ ਨੇ ਨਹੀਂ ਕੀਤੇ, ਬਲਕਿ ਜਿਹਨਾਂ ਹੋਰਾਂ ਨੇ ਮੈਨੂੰ ਵੀ ਸਿੱਖਾਂ ਦਾ ਕਤਲ ਕਰਵਾਇਆ, ਮੈਂ ਉਹਨਾਂ ਦੇ ਨਾਮ ਵੀ ਪ੍ਰਗਟ ਕਰ ਦਿਆਂਗਾ। ਇਸ ਗੱਲ ਤੋਂ ਬਚਣ ਵਾਸਤੇ ਉਹਨੂੰ ਜਿਉਂਦਾ ਵੀ ਰੱਖ ਲਿਆ ਤੇ ਉਹਨੂੰ ਕਿਤੇ ਬਾਹਰ ਵੀ ਭੇਜ ਦਿੱਤਾ ਤਾਂ ਕਿ ਇਹ ਗਵਾਹ ਨਾ ਬਣ ਜਾਵੇ। ਖੈਰ, ਗੁਰੂ ਪਿਆਰ ਵਾਲਿਓ, ਬੇਅੰਤ ਸਿੰਘ ਨੂੰ ਜਿਹੜਾ ਕਿ ਉਹਨੇ ਜ਼ੁਲਮ ਕੀਤਾ ਸੀ ਸਜ਼ਾ ਦੇਣ ਵਾਸਤੇ ਸਰਦਾਰ ਦਿਲਾਵਰ ਸਿੰਘ ਤੇ ਸਰਦਾਰ ਬਲਵੰਤ ਸਿੰਘ ਰਾਜੋਆਣੇ ਨੇ ਉਹਨਾਂ ਦੀ ਸਹਾਇਤਾ ਲੈ ਕੇ ਜਿਵੇਂ ਕਿ ਅੱਜ ਤੱਕ ਦੀਆਂ ਪੜਤਾਲਾਂ ਹੋਈਆਂ ਨੇ, ਜਿਵੇਂ ਕਿ CBI ਨੇ ਇਹਨਾਂ ਕੇਸਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ, ਜਿਵੇਂ ਕਿ ਇਹਨਾਂ ਦਾ ਕੇਸ ਲੜਨ ਵਾਲੇ ਵਕੀਲਾਂ ਨੇ ਸੰਸਾਰ ਦੇ ਸਨਮੁੱਖ ਕੀ ਰੱਖਿਆ, ਇਹ ਕਿਹਾ ਗਿਆ ਉਹਨਾਂ ਸਾਰਿਆਂ ਦਾ ਨਿਚੋੜ ਜਿਹਾ ਮੈਂ ਪੇਸ਼ ਕਰਦਾ ਕਿ ਦੋਵਾਂ ਨੇ ਆਪਸ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਅਤੇ ਸਰਦਾਰ ਦਿਲਾਵਰ ਸਿੰਘ ਜਿਹੜੇ ਕਿ ਪੁਲਿਸ ਦੇ ਵਿੱਚ ਹੀ ਦੋਵੇਂ ਸਿਪਾਹੀ ਸਨ, ਇੰਨੇ ਛੋਟੇ ਅਹੁਦੇ ਤੇ ਇੰਨੀ ਛੋਟੀ ਮੁਲਾਜ਼ਮਤ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਿਵੇਂ ਇਹਨਾਂ ਨੇ ਸੋਚ ਲਿਆ। ਇਹ ਹਾਨੀ ਆਉਂਦੀ ਹੈ ਕਿ ਕੋਈ ਬੰਦਾ ਆਪਣੀ ਜਾਨ ਦੇ ਕਾਰਨ ਆਪਣਾ ਸਭ ਕੁਝ ਗਵਾ ਲੈਂਦਾ ਪਰ ਜਾਨ ਬਚਾਉਣ ਦਾ ਯਤਨ ਕਰਦਾ। ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਪੰਜਾਬ ਦੇ ਵਿੱਚ ਮਗਦਾ ਖੂਨ ਦਾ ਦਰਿਆ ਇਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਬੇਅੰਤ ਸਿੰਘ ਨੂੰ ਖਤਮ ਕੀਤਾ ਜਾਵੇ। ਇਹਨਾਂ ਨੇ ਯਤਨ ਕੀਤਾ ਕਿ ਮੈਂ ਮਨੁੱਖੀ ਬੰਬ ਬਣਾ, ਦੂਜੇ ਨੇ ਆਖਿਆ ਮੈਂ ਮਨੁੱਖੀ ਬੰਬ ਬਣਾ, ਨਤੀਜੇ ਵਜੋਂ ਉਹਨਾਂ ਨੂੰ ਤਾਸ ਪਾਉਣੀ ਪਈ ਕਿ ਤਾਸ ਦੇ ਮੁਤਾਬਕ ਜਿਹਦਾ ਨੰਬਰ ਆਵੇਗਾ ਉਹੀ ਮਨੁੱਖੀ ਬੰਬ ਬਣੇਗਾ ਤੇ ਇਸ ਤਾਸ ਦੇ ਵਿੱਚ ਸਰਦਾਰ ਦਿਲਾਵਰ ਸਿੰਘ ਦਾ ਨੰਬਰ ਆ ਗਿਆ ਤੇ ਉਹਨੇ ਮਨੁੱਖੀ ਬੰਬ ਬਣਨਾ ਪ੍ਰਵਾਨ ਕਰ ਲਿਆ ਤੇ ਬਾਕੀ ਸਾਰੇ ਉਹਦੇ ਆਲੇ ਦੁਆਲੇ ਸਹਾਇਤਾ ਵਾਸਤੇ ਇੱਧਰ ਉੱਧਰ ਨਿਗਰਾਨੀ ਕਰ ਰਹੇ ਸਨ ਕਿ ਜੇ ਕੋਈ ਮੁਸ਼ਕਲ ਆ ਪਈ ਤਾਂ ਅਸੀਂ ਸਹਾਇਤਾ ਕਰਾਂਗੇ।
ਗੁਰੂ ਘਰ ਵਾਲੇ ਕਦੀ ਸੋਚ ਕੇ ਦੇਖੋ ਜਿਹੜੇ ਬੰਦੇ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨੇ ਹੋਏ ਨੇ ਉਹਦੀ ਮਾਨਸਿਕ ਅਵਸਥਾ ਕਿਹੋ ਜਿਹੀ ਹੋਵੇਗੀ ਤੇ ਉਹਨੂੰ ਚੰਗੀ ਤਰ੍ਹਾਂ ਪਤਾ ਕਿ ਕੁਝ ਹੀ ਸਮੇਂ ਦੇ ਅੰਦਰ ਮੇਰੇ ਵੀ ਚਿੱਥੜੇ ਉੱਡ ਜਾਣਗੇ, ਮੇਰਾ ਟੁਕੜੇ ਟੁਕੜੇ ਹੋ ਜਾਣਗੇ, ਮੈਂ ਦੁਸ਼ਮਣ ਨੂੰ ਭਾਵੇਂ ਮਾਰ ਮੁੱਕਾ ਵਾਂ ਤੇ ਉਹ ਸੰਦਾ ਦੁਸ਼ਮਣ ਬਚ ਵੀ ਜਾਵੇ, ਪਰ ਘੱਟੋ ਘੱਟ ਬੰਬ ਮੇਰੇ ਘਰ ਚ ਮੇਰੇ ਸਰੀਰ ਨਾਲ ਬੱਝੇ ਹੋਏ ਨੇ, ਮੈਂ ਕਿਸੇ ਹਾਲਤ ਬਚ ਹੀ ਨਹੀਂ ਸਕਾਂਗਾ, ਪਰ ਫਿਰ ਵੀ ਉਹ ਬੰਦਾ ਦਲੇਰੀ ਨਾਲ ਇੱਧਰ ਉੱਧਰ ਤੁਰਿਆ ਫਿਰਦਾ, ਉਡੀਕ ਰਿਹਾ ਉਸ ਵਿਅਕਤੀ ਨੂੰ ਜਿਹਨੂੰ ਉਹਨੇ ਨਿਸ਼ਾਨਾ ਬਣਾਉਣਾ। ਗਨੇਰੀ ਦੂਰ ਮਗਤੀ ਤੇ ਕਿਤੇ ਗਿਰਨੇ ਕੀ ਹੁੰਦੀ ਹੈ। ਮੈਂ ਤੇ ਮੇਰੇ ਤੋਂ ਤੱਕ ਬੇਨਤੀ ਕਰਿਆ ਕਰਦਾ ਕਿ ਜੇ ਕਿਤੇ ਇਹ ਨੌਜਵਾਨ ਅਜਿਹਾ ਕਾਰਜ ਨਾ ਕਰਦੇ, ਪੰਜਾਬ ਦੇ ਧੱਕੇ ਨਾਲ ਬਣਾਏ ਗਏ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਖਤਮ ਨਾ ਕਰਦੇ ਤੇ ਅਜੇ ਪਤਾ ਨੀ ਹੋਰ ਕਿੰਨੇ ਨੌਜਵਾਨਾਂ ਨੇ ਲਾਸ਼ਾਂ ਮਰ ਜਾਣਾ ਸੀ, ਕਿੰਨਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰ ਦੇਣਾ ਸੀ, ਕਿੰਨੀਆਂ ਲੋਕਾਂ ਧੀਆਂ ਦੀਆਂ ਇੱਜਤਾਂ ਛੜਿਆਂ ਮਰੋਲਣੀਆਂ ਸੀ, ਕਿੰਨਿਆਂ ਨੂੰ ਅਜੇ ਥਾਣਿਆਂ ਦੇ ਵਿੱਚ ਤਸੀਹੇ ਦੇ ਕੇ ਨਕਾਰੇ ਕਰ ਦੇਣਾ ਸੀ ਤੇ ਪਤਾ ਨੀ ਕਿੱਦਾਂ ਕਿੱਦਾਂ ਜਾਮ ਹੋਣਾ ਸੀ। ਗੁਰੂ ਘਰ ਵਾਲਿਓ, ਮੈਂ ਹੈਰਾਨ ਹਾਂ ਕਿ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਜਿਹੜਾ ਕਿ ਅਕਾਲੀਆਂ ਦਾ ਮੁੱਖ ਮੰਤਰੀ ਅਕਾਲੀ ਦਲ ਦਾ ਪ੍ਰਧਾਨ ਤੇ ਅੱਜ ਤੱਕ ਉਹ ਸ਼੍ਰੋਮਣੀ ਕਮੇਟੀ ਦੇ ਵੀ ਉੱਤੇ ਹੈ ਤੇ ਅਕਾਲ ਤਖ਼ਤ ਦਾ ਜਥੇਦਾਰ ਵੀ ਉਸੇ ਦੇ ਲਿਫਾਫੇ ਚੋਂ ਨਿਕਲਦਾ ਹੈ ਤੇ ਇਹਨਾਂ ਨੇ ਇੱਕ ਕਾਨੂੰਨ ਬਣਾ ਕੇ ਉਹਨਾਂ ਕਾਤਲ ਪੁਲਿਸ ਵਾਲਿਆਂ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿੱਤਾ ਕਿ ਜਿਹੜੇ ਉਦੋਂ ਕਤਲ ਹੋਏ ਸੀ ਉਹ ਪੁਲਿਸ ਵਾਲਿਆਂ ਤੇ ਮੁਕੱਦਮਾ ਨਾ ਚਲਾਇਆ ਜਾਵੇ ਕਿਉਂਕਿ ਉਹ ਤਾਂ ਪੁਲਿਸ ਵਾਲਿਆਂ ਦੀ ਸਰਕਾਰੀ ਡਿਊਟੀ ਸੀ, ਯਾਨੀ ਕਿ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਸਰਕਾਰ ਦੀ ਡਿਊਟੀ ਹੁੰਦੀ ਹੈ। ਇਹ ਕਾਨੂੰਨ ਬਣਾ ਦਿੱਤਾ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਬਹੁਤਿਆਂ ਨੂੰ ਮੁਕੱਦਮਿਆਂ ਤੋਂ ਬਚਾ ਲਿਆ ਹੈ। ਹਾਈ ਕੋਰਟ ਬਾਰ ਬਾਰ ਲਿਖਤੀ ਚਿੱਠੀਆਂ ਪੰਜਾਬ ਸਰਕਾਰ ਨੂੰ ਭੇਜ ਰਿਹਾ ਹੈ ਕਿ ਜਿਹੜੇ ਇੰਨੇ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਤੇ ਮੁਕੱਦਮੇ ਚੱਲ ਰਹੇ ਸੀ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰੋ, ਜਿਹਦੇ ਤੇ ਮੁਕੱਦਮਾ ਦਰਜ ਹੋ ਗਿਆ ਉਹਨੂੰ ਬੰਦੇ ਨੂੰ ਨੌਕਰੀ ਤੋਂ ਮੁਅੱਤਲ ਕਰਨਾ ਪੈਂਦਾ ਹੈ। ਜੇ ਕੇਸ ਉਹਦੇ ਹੱਕ ਵਿੱਚ ਹੋ ਜਾਵੇ ਤਾਂ ਉਹ ਨੌਕਰੀ ਤੇ ਬਹਾਲ ਹੋ ਸਕਦਾ, ਜੇ ਉਹਦੇ ਵਿਰੁੱਧ ਹੋ ਜਾਵੇ ਸਜ਼ਾ ਮਿਲ ਜਾਵੇ ਤਾਂ ਉਹਨੂੰ ਨੌਕਰੀ ਤੋਂ ਡਿਸਮਿਸ ਕਰਕੇ ਜੇਲ੍ਹ ਭੇਜਣਾ ਪੈਂਦਾ। ਪਰ ਪੰਜਾਬ ਸਰਕਾਰ ਨੇ ਬੇਅੰਤ ਵਾਲੀ ਚਿੱਠੀਆਂ ਲਿਖਣ ਦੇ ਬਾਵਜੂਦ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤੇ। ਬਹੁਤੇ ਪੁਲਿਸ ਅਫਸਰ ਜਿਹਨਾਂ ਤੇ ਕਤਲ ਦੇ ਮੁਕੱਦਮੇ ਬਣੇ ਹੋਏ ਨੇ ਤੇ ਉਹ ਵੱਡੀਆਂ ਪੋਸਟਾਂ ਤੇ ਅੱਜ ਵੀ ਮੌਜੂਦ ਨੇ। ਸਤਿਗੁਰੂ ਕਿਰਪਾ ਕਰੇ। ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਜਦੋਂ ਅਦਾਲਤ ਦੇ ਵਿੱਚੋਂ ਇਹ ਫੈਸਲਾ ਆ ਗਿਆ ਕਿ ਇਹਨਾਂ ਬੰਦਿਆਂ ਨੇ ਕਤਲ ਕੀਤਾ ਬੇਅੰਤ ਸਿੰਘ ਦਾ ਤੇ ਹੋਰ ਵੀ 16 ਜਿਹੜੇ ਮੁਲਾਜ਼ਮ ਨੇ ਜਿਹੜੇ ਬੇਅੰਤ ਸਿੰਘ ਦੇ ਆਲੇ ਦੁਆਲੇ ਤੈਨਾਤ ਸਨ ਉਹ ਵੀ ਮਾਰੇ ਗਏ ਤੇ ਜਨਾਵਰ ਸਿੰਘ ਵੀ ਤੂੰਬਾ ਤੂੰਬਾ ਹੋ ਗਿਆ ਤੇ ਬਾਅਦ ਦੇ ਵਿੱਚ ਪੜੋ ਖੜੀ ਹੋ ਗਈ ਤੇ ਸਮਾਂ ਚੱਲਦਿਆਂ 2007 ਦੇ ਵਿੱਚ ਜਿਹੜੇ ਦੇ ਬੰਦੇ ਸੀ ਜੋ ਮੁਕੱਦਮਾ ਚੱਲ ਰਿਹਾ ਸੀ ਤੇ ਉਹਦੇ ਵਿੱਚ 30-31 ਜੁਲਾਈ ਨੂੰ ਫੈਸਲਾ ਸੁਣਾਇਆ ਗਿਆ ਕਿ ਇਹਨਾਂ ਬੰਦਿਆਂ ਨੇ ਇੱਕ ਸਾਜਿਸ਼ ਰਚ ਕੇ ਕਤਲ ਕੀਤਾ ਬੇਅੰਤ ਸਿੰਘ ਦਾ, ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸਰਦਾਰ ਜਗਤਾਰ ਸਿੰਘ ਹਵਾਰਾ ਨੇ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਵਾਸਤੇ ਕੁਝ ਚਾਰਾਜੋਈ ਕੀਤੀ ਪਰ ਉਹਨਾਂ ਨੂੰ ਵੀ ਬੇਕਸੂਰ ਨਾ ਮੰਨਿਆ ਗਿਆ। ਉਪਰੰਤ ਇਸੇ ਜਿਹੜਾ ਸਰਦਾਰ ਬਲਵੰਤ ਸਿੰਘ ਨੇ ਉਦੋਂ ਵੀ ਜੋ ਕੁਝ ਲਿਖਿਆ ਉਹ ਜੇ ਆਪਾਂ ਧਿਆਨ ਦੇ ਨਾਲ ਪੜ੍ਹ ਲਈਏ, ਅਖਬਾਰ ਜਦੋਂ ਤੋਂ ਹੁਣ ਦੁਬਾਰਾ ਤਰੀਕ ਦਿੱਕਤ ਹੋਈ ਹੈ ਸਰਦਾਰ ਬਲਵੰਤ ਸਿੰਘ ਨੂੰ ਫਾਂਸੀ ਲਾਉਣ ਦੀ, ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਕੁਝ
ਅਖਬਾਰਾਂ ਦੇ ਵਿੱਚ ਆ ਰਹੇ ਹੈ ਉਹਨੂੰ ਪੜ੍ਹ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਸਰਦਾਰ ਬਲਵੰਤ ਸਿੰਘ ਨੇ ਇੱਕ ਦਿਨ ਵੀ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਵਾਸਤੇ ਕੋਈ ਬੇਨਤੀ ਨਹੀਂ ਕੀਤੀ, ਕੋਈ ਲੜਕੜੀਆਂ ਨਹੀਂ ਕੱਢੀਆਂ। ਇਹਨੇ ਬਾਰ ਬਾਰ ਆਖਿਆ ਕਿ ਮੈਂ ਕਸੂਰ ਕੀਤਾ ਹੀ ਕੋਈ ਨੀ। ਜਿਹੜਾ ਵਿਅਕਤੀ 2 ਲੱਖ ਸਿੱਖਾਂ ਨੂੰ ਕਤਲ ਕਰਦਾ ਉਹ ਬੇਕਸੂਰ ਹੈ, ਤੇ ਮੈਂ ਕੇਵਲ ਸ਼ਾਸਨ ਨੂੰ ਸਜ਼ਾ ਦਿੱਤੀ ਹੈ, ਮੈਂ ਕਸੂਰਵਾਰ ਬਣ ਗਿਆ। ਗੁਰੂ ਘਰ ਵਾਲਿਓ, ਇਸੇ ਕਰਕੇ ਸਰਦਾਰ ਬੇਅੰਤ ਸਿੰਘ ਬਲਵੰਤ ਸਿੰਘ ਬਾਰ ਬਾਰ ਕਹਿ ਰਿਹਾ ਹੈ ਕਿ ਮੈਂ ਕਸੂਰਵਾਰ ਤਾਂ ਨਹੀਂ ਹਾਂ, ਤੁਸੀਂ ਚੁੱਪ ਕੇ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਮੈਨੂੰ ਬਲਦੀ ਤੋਂ ਮਰਜ਼ੀ ਲਾਉਣਾ ਹੈ। ਲਾਦਿਓ, ਮੈਂ ਕਿਸੇ ਵਿਅਕਤੀ ਅੱਗੇ ਆਪਣੀ ਜਾਨ ਬਚਾਉਣ ਵਾਸਤੇ ਭੇਕ ਨਹੀਂ ਹੁੰਦਾ। ਮੈਂ ਇਤਿਹਾਸ ਬਹੁਤ ਬੜੇ ਹੈ ਤੇ ਧਰਮ ਦੇ ਜਿਹੜੇ ਗ੍ਰੰਥ ਨੇ ਤਕਰੀਬਨ ਸਾਰੇ ਧਰਮਾਂ ਦੇ ਕਾਫੀ ਸਾਰੇ ਪੜ੍ਹੇ ਨੇ ਤੇ ਮੈਂ ਹੈਰਾਨ ਰਹਿ ਗਿਆ। ਪੁਰਾਤਨ ਗ੍ਰੰਥਾਂ ਦੇ ਵਿੱਚ ਸਾਡੇ ਸੂਰਮਿਆਂ ਬਹਾਦਰਾਂ ਤੇ ਹੋਰਨਾਂ ਧਰਮਾਂ ਦੇ ਵਿੱਚ ਵੀ ਬਹਾਦਰਾਂ ਦਾ ਜ਼ਿਕਰ ਬਹੁਤ ਹੈ, ਪਰ ਏਦਾਂ ਨੇੜੇ ਹੋ ਕੇ ਆਪਣੀ ਮੌਜੂਦਾ ਉਮਰ ਦੇ ਦੌਰਾਨ ਏਦਾਂ ਬਲਵਾਨ, ਏਦਾਂ ਦਲੇਰ ਅਤੇ ਨਾਲ ਇਤਨਾ ਸਮਝਦਾਰ, ਇਤਨਾ ਸਿਆਣਾ ਇਨਸਾਨ ਮੈਂ ਜ਼ਿੰਦਗੀ ਚ ਪਹਿਲੀ ਵਾਰ ਵੇਖੀ ਹੈ, ਸਰਦਾਰ ਬਲਵੰਤ ਸਿੰਘ ਰਾਜੋਵਾਲਾ। ਤੇ ਇਹਦੀ ਮੌਤ ਤੇ ਆਈ ਜਾਣੀ ਸੀ, ਇਹਦਾ ਬਹੁਤ ਲੋਕਾਂ ਨੂੰ ਅੰਦਾਜ਼ਾ ਸੀ ਕਿ ਸਰਕਾਰਾਂ ਇਹੋ ਜਿਹਾ ਕੰਮ ਕਰਨ ਵਾਲੇ ਵਿਅਕਤੀ ਨੂੰ ਛੱਡਣਗੀਆਂ ਨਹੀਂ, ਪਰ ਜਿਹੜਾ ਇਹਦੇ ਮੌਤ ਦਾ ਸਾਹ ਜੁੜੇ ਹੈ ਉਹ ਆਪਣੇ ਆਪ ਦੇ ਵਿੱਚ ਇੰਨਾ ਲਾਜਵਾਬ ਹੈ, ਇੰਨਾ ਲਾਸਾਨੀ ਹੈ, ਉਹਨੂੰ ਦੁਨੀਆ ਸਦਾ ਯਾਦ ਕਰਦੀ ਰਹੇਗੀ। ਲੋਕਾਂ ਨੂੰ ਕੋਲੇ ਗਿਆਨ ਹੁੰਦਾ ਹੈ ਪਰ ਗਿਆਨ ਪੇਸ਼ ਕਰਨ ਦਾ ਤਰੀਕਾ ਨਹੀਂ ਹੁੰਦਾ, ਲੋਕਾਂ ਕੋਲੇ ਪੈਸਾ ਹੁੰਦਾ ਹੈ ਪਰ ਉਹਨੂੰ ਵਰਤੋਂ ਕਰਨ ਦਾ ਢੰਗ ਨਹੀਂ ਹੁੰਦਾ, ਲੋਕਾਂ ਨੂੰ ਜਨਮ ਮਿਲ ਜਾਂਦਾ ਹੈ ਪਰ ਆਪਣੇ ਮਨੁੱਖੀ ਸਰੀਰ ਨੂੰ ਵਰਤਣ ਦਾ ਪਰਉਪਕਾਰ ਕਰਨ ਦਾ ਤਰੀਕਾ ਨਹੀਂ ਹੁੰਦਾ। ਪਿਆਰਿਓ, ਲੋਕਾਂ ਦੀ ਮੌਤ ਆਉਂਦੀ ਹੈ ਪਰ ਲੋਕਾਂ ਨੂੰ ਮਰਨ ਦਾ ਤਰੀਕਾ ਨਹੀਂ ਹੁੰਦਾ। ਇਸ ਬੱਬਰ ਸ਼ੇਰ ਨੇ ਬਲਵੰਤ ਸਿੰਘ ਰਾਜੋਵਾਲੇ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ
ਮਨਮੋਹਨ ਸਿੰਘ ਅਤੇ ਦੇਸ਼ ਦੀ ਰਾਸ਼ਟਰਪਤੀ ਆਦਿਕ ਨੂੰ ਜਾ ਕੇ ਮਿਲੇ ਨੇ ਤੇ ਬਲਵੰਤ ਸਿੰਘ ਰਾਜੋਆਣਾ ਦੀ ਮਾਫੀ ਨੂੰ ਕੁਛ ਸਮੇਂ ਵਾਸਤੇ ਟਾਲਣ ਦੇ ਵਿੱਚ ਇਹਨਾਂ ਨੂੰ ਕਿੰਨੀ ਦੌੜ ਭੱਜ ਕਰਨੀ ਪਈ ਹੈ ਉਹਦਾ ਕਾਰਨ ਇਹ ਸੀ ਕਿ ਇਸ ਦੀ ਫਾਂਸੀ ਦਾ ਪਤਾ ਨੀ ਨਤੀਜਾ ਕੀ ਨਿਕਲੇ ਪੰਜਾਬ ਨੂੰ ਕਿੱਥੋਂ ਤੱਕ ਅੱਗ ਦੀਆਂ ਲਾਟਾਂ ਦੇ ਵਿੱਚ ਸੜਨਾ ਪਵੇ। ਇਹਨਾਂ ਨੇ ਕੁਝ ਸਮੇਂ ਵਾਸਤੇ ਫਾਂਸੀ ਟਾਲ ਦਿੱਤੀ ਪਰ ਇਹ ਫਾਂਸੀ ਪੂਰੀ ਤਰ੍ਹਾਂ ਟਲੀ ਨੀ। ਇਹਨੂੰ ਕਿਹਾ ਜਾਂਦਾ ਕਿ ਪੋਸਟ ਪੋਨ ਕਰ ਦਿੱਤੀ, ਭਾਵ ਕਿ ਕੁਝ ਸਮੇਂ ਵਾਸਤੇ ਕੈਂਸਲ ਕੀਤੀ ਹੈ, ਮੁਕੰਮਲ ਤੌਰ ਤੇ ਖਤਮ ਨਹੀਂ ਕੀਤੀ ਗਈ। ਇੱਥੇ ਬਲਵੰਤ ਸਿੰਘ ਰਾਜੋਆਣੇ ਦਾ ਬਾਰ ਬਾਰ ਇਹੀ ਕਹਿਣਾ ਹੈ ਕਿ ਮਾਫ਼ੀ ਤਾਂ ਮੈਂ ਤਾਂ ਮੰਗਾਂ ਜੇ ਮੈਂ ਕੋਈ ਗਲਤ ਕੰਮ ਕੀਤਾ। ਤੁਸੀਂ ਦੱਸੋ ਜਿਨ੍ਹਾਂ ਨੇ ਸਿੱਖਾਂ ਨੂੰ ਵੱਡੇ ਪੈਮਾਨੇ ਤੇ ਕਤਲ ਕੀਤਾ ਤੇ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਜਾ ਰਹੇ ਨੇ, ਉਹਨਾਂ ਤੇ ਕੋਈ ਮੁਕੱਦਮੇ ਨਹੀਂ ਚੱਲਦੇ, ਉਹਨਾਂ ਨੂੰ ਕਦੀ ਜੇਲ੍ਹ ਚ ਨਹੀਂ ਭੇਜਿਆ ਜਾਂਦਾ, ਸਗੋਂ ਉਹਨਾਂ ਨੂੰ ਵੱਡੇ ਰੁਤਬੇ ਦਿੱਤੇ ਜਾਂਦੇ ਨੇ। ਪਰ ਸਿੱਖਾਂ ਦੇ ਕਾਤਲ ਨੂੰ ਜੇ ਕਿਤੇ ਸਜ਼ਾ ਸਿੱਖ ਆਪ ਦੇ ਦੇਣ ਤੇ ਉਹਨਾਂ ਨੂੰ ਫਾਂਸੀ ਚ ਟੰਗ ਦਿੱਤਾ ਜਾਂਦਾ। ਹਰਬੰਸ ਸਿੰਘ ਜੀ ਦਾ ਇਹ ਕਹਿਣਾ ਕਿ ਮੈਨੂੰ ਕੋਈ ਪਛਤਾਵਾ ਨਹੀਂ, ਮੈਂ ਜੋ ਆਪਣਾ ਕੰਮ ਕੀਤਾ ਉਹ ਸੋਚ ਸਮਝ ਕੇ ਕੀਤਾ, ਜੇ ਮੈਂ ਇਹ ਕੰਮ ਨਾ ਕਰਦਾ ਤੇ ਪਤਾ ਨੀ ਸਾਡੇ ਹੋਰ ਕਿੰਨੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਤਾਂ ਇਸ ਬੰਦ ਦੇ ਦੌਰਾਨ ਹੀ ਜਿਹੜਾ 28 ਮਾਰਚ ਨੂੰ ਹੋਇਆ ਉਸਦੀ ਗੋਲੀ ਦੇ ਨਾਲ ਜਿਵੇਂ ਕਿ ਮੁਕੱਦਮੇ ਦਰਜ ਹੋ ਚੁੱਕੇ ਹੋਏ ਨੇ, ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ। ਇੱਕ ਤਾਂ ਜਸਪਾਲ ਸਿੰਘ ਗੁਰਦਾਸਪੁਰ ਤੋਂ, ਉਹਦੀ ਤਾਂ ਮੌਤ ਹੋ ਚੁੱਕੀ ਹੈ ਤੇ ਦੂਜਾ ਅਜੇ ਆਖਰੀ ਸਾਹਾਂ ਤੇ ਹਸਪਤਾਲ ਦੇ ਵਿੱਚ ਪਿਆ ਤੇ ਸ਼ਾਇਦ ਉਹ ਵੀ ਬਚ ਨਾ ਸਕੇ। ਪੁਲਿਸ ਨੇ ਰੋਸ ਪ੍ਰਗਟ ਕਰਨ ਵਾਲੀ ਨੌਜਵਾਨਾਂ ਨੂੰ ਫਿਰ ਗੋਲੀ ਦਾ ਨਿਸ਼ਾਨਾ ਬਣਾਇਆ। ਮੈਂ ਇੱਕ ਜਿਹੜਾ ਚੰਡੀਗੜ੍ਹ ਦੇ ਵਿੱਚ ਸਰਦਾਰ ਬਲਵੰਤ ਸਿੰਘ ਨੇ 1 ਅਕਤੂਬਰ 2010 ਨੂੰ ਆਪਣਾ ਇੱਕ ਬਿਆਨ ਦਿੱਤਾ ਸੀ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ। ਉਸ ਬਿਆਨ ਨੂੰ ਲਿਖਤ ਰੂਪ ਦੇ ਵਿੱਚ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉੱਥੇ ਇਹ ਆਪਾਂ ਦੁਬਾਰਾ ਇੱਕ ਵਾਰੀ ਪੜ੍ਹ ਲਈਏ ਕਿਉਂਕਿ ਸਮਾਂ ਹੋਣ ਵਾਲਾ ਹੈ, ਨਹੀਂ ਤੇ ਆਪਾਂ ਸਾਰਾ ਜਿਹੜਾ ਮੈਟਰ ਹੈ ਅਖਬਾਰਾਂ ਚ ਛਪਿਆ ਉਹਨੂੰ ਤੇ ਆਪਾਂ ਪੂਰੇ ਨੂੰ ਬਿਆਨ ਨਹੀਂ ਕਰ ਸਕਦੇ। 1 ਅਕਤੂਬਰ 2010 ਨੂੰ ਸਰਦਾਰ ਬਲਵੰਤ ਸਿੰਘ ਰਾਜੋਆਣਾ ਨੂੰ ਹਾਈ ਕੋਰਟ ਚੰਡੀਗੜ੍ਹ ਦੀ ਅਦਾਲਤ ਵਿੱਚ ਬਹੁਤ ਹੀ ਗੁਪਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਸਰਦਾਰ ਬਲਵੰਤ ਸਿੰਘ ਰਾਜੋਆਣਾ ਨੂੰ ਰਾਤ ਨੂੰ ਹੀ ਪੇਸ਼ੀ ਬਾਰੇ ਦੱਸਿਆ ਗਿਆ ਸੀ ਅਤੇ ਸਵੇਰੇ 6:30 ਵਜੇ ਜੇਲ੍ਹ ਵਿੱਚੋਂ ਚੰਡੀਗੜ੍ਹ ਨੂੰ ਰਵਾਨਾ ਹੋਏ। ਹਾਈ ਕੋਰਟ ਚੰਡੀਗੜ੍ਹ ਦੀ ਅਦਾਲਤ ਵਿੱਚ 8:30 ਵਜੇ ਬਲਵੰਤ ਸਿੰਘ ਨੂੰ ਪੇਸ਼ ਕੀਤਾ ਗਿਆ। ਉਸ ਵਕਤ ਬਾਕੀ ਸਾਰੀਆਂ ਅਦਾਲਤਾਂ ਬੰਦ ਪਈਆਂ ਸਨ, ਨਾ ਹੀ ਮੀਡੀਆ ਨੂੰ ਇਸ ਬਾਰੇ ਕੁਝ ਖ਼ਬਰ ਸੀ। ਸਰਦਾਰ ਬਲਵੰਤ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਜੱਜ ਸਾਹਿਬ ਅਦਾਲਤ ਵਿੱਚ ਬੈਠੇ ਹੋਏ ਸਨ। ਅਦਾਲਤ ਵਿੱਚ ਉਸ ਵਕਤ ਦੋ ਜੱਜ ਸਰਦਾਰ ਮਹਿਤਾਬ ਸਿੰਘ ਗਿੱਲ, ਸ੍ਰੀ ਅਮ੍ਰਿਤ ਕੁਮਾਰ ਅਤੇ CBI ਦੇ ਵਕੀਲਾਂ ਤੋਂ ਬਿਨਾਂ ਹੋਰ ਕੋਈ ਵੀ ਹਾਜ਼ਰ ਨਹੀਂ ਸੀ। ਉਸ ਵਕਤ ਜੱਜ ਸਾਹਿਬ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਾਨੂੰਨੀ ਮਦਦ ਦੇਣ ਦੀ ਪੇਸ਼ਕਸ਼ ਕੀਤੀ, ਜੋ ਭਾਈ ਰਾਜੋਆਣਾ ਨੇ ਇਹ ਕਹਿ ਕੇ ਠੁਕਰਾ ਦਿੱਤੀ, ਇਹਨਾਂ ਹੱਥਾਂ ਨੇ ਆਪਣੇ ਭਰਾ ਵਰਗੇ ਦੋਸਤ ਨੂੰ ਤੋੜਿਆ ਸੀ, ਕਿਸੇ ਵੀ ਤਰ੍ਹਾਂ ਦੀ ਅਪੀਲ ਕਰਨਾ ਸ਼ਹੀਦ ਹੋਏ ਵੀਰਾਂ ਦਾ ਅਪਮਾਨ ਹੋਵੇਗਾ, ਉਹ ਸੀ ਮੇਰਾ ਵੀਰ ਦਿਨਾਵਰ ਸਿੰਘ। ਇਸ ਤੋਂ ਬਾਅਦ ਭਾਈ ਰਾਜੋਆਣਾ ਨੇ ਆਪਣਾ ਸਾਰਾ ਬਿਆਨ ਬੁਲੰਦ ਆਵਾਜ਼ ਵਿੱਚ ਪੜਿਆ ਤੇ ਖਾਲਸਾ ਦੇ ਨਾਅਰੇ ਲਾਏ। ਜਦ ਅਦਾਲਤ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਇਹ ਇਤਿਹਾਸਕ ਬਿਆਨ ਪੜ੍ਹ ਰਹੇ ਸਨ ਤਾਂ ਇਹਨਾਂ ਇਤਿਹਾਸਕ ਪਲਾਂ ਨੂੰ ਤਾਂ ਅਦਾਲਤ ਦੀਆਂ ਦੀਵਾਰਾਂ ਨੇ ਵੀ ਸੰਭਾਲ ਲਿਆ ਹੋਵੇਗਾ, ਪਰ ਸਾਡੇ ਪੰਥਕ ਲੀਡਰ ਪਤਾ ਨਹੀਂ ਕਿਹੜੀ ਨੀਂਦ ਸੁੱਤੇ ਪਏ ਹਨ
ਸ਼ਹੀਦਾਂ ਨੂੰ ਕੌਮੀ ਸਰਮਾਇਆ ਦੇਣ ਵਾਲੇ ਸਾਡੇ ਲੀਡਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਕੋਈ ਅਦਾਲਤ ਵਿੱਚ ਖਲੋ ਕੇ ਸਿੱਖ ਕੌਮ ਦੇ ਕੋਈ ਜ਼ੁਲਮ ਦੀ ਕਹਾਣੀ ਨੂੰ ਬਿਆਨ ਕਰਕੇ ਕੌਮ ਦਾ ਇਤਿਹਾਸ ਰਚ ਰਿਹਾ ਹੈ। ਆਓ ਇਹਦਾ ਜਿਹੜਾ ਉਹ ਅਸਲੀ ਬਿਆਨ ਹੈ ਉਹ ਤੁਹਾਨੂੰ ਪੜ੍ਹ ਕੇ ਮੈਂ ਸੁਣਾ ਦੇਵਾਂ, ਇਸ ਤੋਂ ਬਾਅਦ ਆਪਾਂ ਫਿਰ ਸਮਾਪਤੀ ਕਰਾਂਗੇ। ਇਹ ਸੱਚ ਸਭ ਨਾਲ ਦਾ ਖਤਮ ਹੈ ਜਿਸ ਵਕਤੇ ਸੋ ਜਨ ਪਾ ਲਏ। ਸਤਿਕਾਰ ਯੋਗ ਜੱਜ ਸਾਹਿਬ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਸਰਦਾਰ ਨਕਾਬ ਸਿੰਘ ਗਿੱਲ ਜੀ, ਸ੍ਰੀ ਅਰਵਿੰਦ ਕੁਮਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਜ ਸਾਹਿਬ, ਮੈਂ ਹਿੰਦੁਸਤਾਨ ਦੀ ਇੱਕ ਅਦਾਲਤ ਦੀ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਦਲਾਵਰ ਸਿੰਘ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦਾ ਸੂਰਜ ਹਨ। ਭਾਈ ਦਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਲੋਕ ਇਹ ਸੂਰਜ ਤੇ ਲੱਗੇ ਹੋਏ ਇੱਕ ਗ੍ਰਹਿਣ ਵਾਂਗ ਹਨ। ਮੈਨੂੰ ਕਿਸੇ ਵੇਲੇ ਵੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਜਾਂ ਆਪਣਾ ਬਚਾਅ ਕਰਨ ਦੀ ਕਿਸੇ ਕੋਸ਼ਿਸ਼ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਪੰਜਾਬ ਤੱਕ ਵੱਲੋਂ ਇਹ ਕਹਿ ਕੇ ਕਿ ਇਹ ਇਸ ਮਨੁੱਖੀ ਬੰਦ ਦਾ ਕੇਸ ਹੀ ਨਹੀਂ ਹੈ, ਭਾਈ ਦਲਾਵਰ ਸਿੰਘ ਦੀ ਕੁਰਬਾਨੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹਨਾਂ ਲੋਕਾਂ ਦੀ ਇਸ ਕੋਸ਼ਿਸ਼ ਵਿੱਚੋਂ ਕਿਸੇ ਡੂੰਘੀ ਸਾਜਿਸ਼ ਦੀ ਹੋ ਆਉਂਦੀ ਹੈ। ਸਿਰਫ ਆਪਣੇ ਨਿੱਜੀ ਹਿੱਤਾਂ ਲਈ ਭਾਈ ਦਲਾਵਰ ਸਿੰਘ ਦੀ ਕੁਰਬਾਨੀ ਦਾ ਅਪਮਾਨ ਕਰਨਾ, ਉਹਨਾਂ ਮਹਾਨ ਸਿੱਖੀ ਪਰੰਪਰਾਵਾਂ ਦਾ ਅਪਮਾਨ ਕਰਨਾ ਹੈ ਜਿਹੜੀਆਂ ਸੂਰਬੀਰਾਂ ਨੇ ਮਹਾਨ ਸ਼ਹਾਦਤਾਂ ਦੇ ਕੇ ਕਾਇਮ ਕੀਤੀ ਹਨ। ਇਹ ਲੋਕ ਪਿਛਲੇ 15 ਸਾਲ ਤੋਂ ਅਖਬਾਰਾਂ ਰਸਾਵਿਆਂ ਰਾਹੀਂ ਇਹ ਪ੍ਰਚਾਰ ਕਰਦੇ ਰਹੇ ਹਨ ਕਿ ਇਹਨਾਂ ਨੇ ਹੀ ਭਾਈ ਦਲਾਵਰ ਸਿੰਘ ਨੂੰ ਮੁਖੀ ਬਣਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਸਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਉਸਦੀ ਕੁਰਬਾਨੀ ਨੂੰ ਨੋਚ ਨੋਚ ਕੇ ਖਾਂਦੇ ਰਹੇ ਹਨ, ਕੌਮ ਨੂੰ ਗੁਮਰਾਹ ਕਰਦੇ ਹਨ। ਇਹਨਾਂ ਲੋਕਾਂ ਦੇ ਕਾਨੂੰਨੀ ਨੁਮਾਇੰਦੇ ਅਦਾਲਤ ਵਿੱਚ ਭਾਈ ਦਲਾਵਰ ਸਿੰਘ ਦੀ ਕੁਰਬਾਨੀ ਦਾ ਮਜ਼ਾਕ ਉਡਾਉਂਦੇ ਰਹੇ ਅਤੇ ਇਹਨਾਂ ਹੀ ਲੋਕਾਂ ਦੇ ਸਿਆਸੀ ਨੁਮਾਇੰਦੇ ਭਾਈ ਦਲਾਵਰ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੀ ਮੰਗ ਕਰਦੇ ਰਹੇ। ਇਹ ਦੋਹੀ ਮਾਨਸਿਕਤਾ ਵਾਲੇ ਲੋਕ ਕਿਸੇ ਭਾਰਤੀ ਖੁਫੀਆ ਏਜੰਸੀ ਦੇ ਮੂਹਰੇ ਬਣਾਉਣ ਸਕਦੇ ਹਨ, ਪਰ ਅਜਿਹੇ ਲੋਕਾਂ ਦਾ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨਾਲ ਕੋਈ ਸੰਬੰਧ ਨਹੀਂ ਹੈ। ਭਾਈ ਦਲਾਵਰ ਸਿੰਘ ਦੇ ਝੂਠੇ ਵਾਪਸ ਬਣੇ ਫਿਰਦੇ ਇਹਨਾਂ ਲੋਕਾਂ ਵੱਲੋਂ ਭਾਈ ਸਾਹਿਬ ਦੀ ਕੁਰਬਾਨੀ ਤੋਂ ਮੁਨਕਰ ਹੋਣ ਅਤੇ ਸ਼ਹੀਦ ਭਾਈ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ 20 ਸਾਲ ਤੱਕ ਸ਼ਹੀਦੀ ਤੋਂ ਮੁਨਕਰ ਹੋਣ ਪਿੱਛੇ ਇੱਕੋ ਹੀ ਤਾਕਤ ਦੇ ਜਵਾਕ ਕੰਮ ਕਰ ਰਹੇ ਹਨ, ਜਦਕਿ ਸਿੱਖ ਕੌਮ ਦਾ ਸੱਚਾ ਬੱਚਾ ਭਾਈ ਦਲਾਵਰ ਸਿੰਘ ਨੂੰ ਸਿੱਖ ਕੌਮ ਅਤੇ ਸਿੱਖ ਸੰਘਰਸ਼ ਦਾ ਮਹਾਨ ਸ਼ਹੀਦ ਮੰਨਦਾ ਹੈ। ਜੱਜ ਸਾਹਿਬ, CBI ਵੱਲੋਂ ਇਹ ਕਹਿਣਾ ਗਲਤ ਹੈ ਕਿ ਭਾਈ ਦਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਕਿਸੇ ਹੋਰ ਨੇ ਪ੍ਰੇਰਿਤ ਕੀਤਾ। ਭਾਈ ਸਾਹਿਬ ਦੀ ਕੁਰਬਾਨੀ ਤੋਂ ਮਨੁੱਖ ਲੋਕ ਅਤੇ ਆਪਣੀ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਅਜਿਹਾ ਕਰਕੇ ਕਰ ਵੀ ਨਹੀਂ ਸਕਦੇ। ਭਾਈ ਦਲਾਵਰ ਸਿੰਘ ਨੂੰ ਪ੍ਰੇਰਿਤ ਕੀਤਾ ਉਸਦੇ ਅੰਦਰ ਘੁੱਟ ਘੁੱਟ ਕੇ ਭਰੇ ਹੋਏ ਖੂਨੀ ਜਜ਼ਬੇ ਨੇ। ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗੀ ਪੰਜ ਦਰਿਆਵਾਂ ਦੀ ਸਹਿਕਦੀ ਹੋਈ ਧਰਤੀ ਮਾਂ ਨੇ, ਸਿੱਖ ਕੌਮ ਤੇ ਹੋਏ ਬੇਸਾਫ਼ ਜ਼ੁਲਮ ਨੇ, ਹਿੰਦੁਸਤਾਨ ਦੀ ਹਾਕਮਾਂ ਵੱਲੋਂ ਸਿੱਖਾਂ ਵਿਰੁੱਧ ਚੱਲੀਆਂ ਹੋਈਆਂ ਖੋਝੀਆਂ ਜਾਨਾਂ ਨੇ, ਜਦ ਕਿ ਬੈਰਤਵੰਦ ਕਿਰਤਾਨ ਦੀ ਆਤਮਾ ਅਜਿਹਾ ਜਨ ਹੁਕਮਰਾਨਾਂ ਦੀ ਕੀਨ ਮੰਨਣ ਤੋਂ ਇਨਕਾਰ ਕਰਦੀ ਹੈ, ਜਦੋਂ ਉਹ ਜਿਹੜਾ ਜਨਮ ਤਾਕਤਾਂ ਨਾਲ ਟਕਰਾ ਜਾਣਾ ਚਾਹੁੰਦੀ ਹੈ, ਅਜਿਹੀਆਂ ਭਾਵਨਾ ਹੀ ਇੱਕ ਮਨੁੱਖੀ ਬੰਬ ਬਣ ਲਈ ਪ੍ਰੇਰਿਤ ਕਰਦੀਆਂ ਹਨ, ਨਾ ਕਿ ਕੋਈ ਵਿਅਕਤੀ ਕਰਦਾ ਹੈ। ਜੱਜ ਸਾਹਿਬ, ਦਿੱਲੀ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਏ ਗਏ ਧਾਰਮਿਕ ਮੋਰਚੇ ਦੌਰਾਨ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਕੌਮ ਨਾਲ ਜੋ ਕੀਤਾ, ਜੋ ਜੁਰਮ ਢਾਹੇ, ਇਹਨਾਂ ਨੂੰ ਵਾਰ ਵਾਰ ਲਿਖਣ ਦੀ ਜ਼ਰੂਰਤ ਸਰਕਾਰ ਜ਼ਰੂਰਤ ਨਹੀਂ ਹੈ ਕਿ ਇਸੇ ਦਿੱਲੀ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਧੱਕੇ ਨਾਲ
ਹੀ ਕਾਂਗਰਸ ਦੀ ਸਰਕਾਰ ਬਣਾਈ ਅਤੇ ਲੋਕ ਰਾਜੀ ਕਦਰਾਂ ਕੀਮਤਾਂ ਦਾ ਕਤਲ ਕਰਕੇ ਬੇਅੰਤ ਸਿੰਘ ਨੂੰ ਸੱਗੀ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਫਿਰ ਉਤਰਾ ਹੀ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ। ਉਸ ਸਮੇਂ ਪੰਜਾਬ ਦੀ ਧਰਤੀ ਤੇ ਕਿਸੇ ਦੂਸਰੀ ਜਾਤੀ ਪਾਰਟੀ ਨੂੰ ਕੋਈ ਰੈਲੀ ਧਰਨਾ ਜਾਂ ਸਿਆਸੀ ਸਮਾਗਮ ਕਰਨ ਦੀ ਇਜਾਜ਼ਤ ਵੀ ਨਹੀਂ ਸੀ। ਪੰਜਾਬ ਦੀ ਧਰਤੀ ਤੇ ਹਜ਼ਾਰ ਹੀ ਨਿਰਦੋਸ਼ ਨੌਜਵਾਨਾਂ ਨੂੰ ਉਹਨਾਂ ਘਰਾਂ ਤੋਂ ਚੁੱਕ ਕੇ ਉਹਨਾਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ। ਇਹਨਾਂ ਦੀ ਸ਼ਨਾਖਤ ਹੋਣੀ ਕਦੀ ਵੀ ਬਾਕੀ ਹੈ। ਬੇਅੰਤ ਸਿੰਘ ਰਾਹੀਂ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜਿਹਾ ਕਰਨ ਤੋਂ ਬੇਅੰਤ ਸਿੰਘ ਆਪਣੇ ਆਪ ਨੂੰ ਰਾਮ ਅਵਤਾਰ ਅਤੇ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਵੀ ਤਕਵਾਉਣ ਲੱਗ ਪਿਆ ਸੀ। ਜੱਜ ਸਾਹਿਬ ਇਹ ਸਭ ਦਿੱਲੀ ਦੇ ਕਾਂਗਰਸੀ ਸਰਕਾਰ ਵੱਲੋਂ ਹਿੰਦੁਸਤਾਨੀ ਖੁਫੀਆ ਏਜੰਸੀਆਂ ਵੱਲੋਂ ਸਿੱਖਾਂ ਦੇ ਕੀਤੇ ਸਿੱਧੇ ਐਕਸ਼ਨ ਸਨ। ਸਾਡੇ ਵੱਲੋਂ ਕੀਤਾ ਗਿਆ ਕਾਂਗਰਸ ਦੇ ਮੁੱਖ ਮੰਤਰੀ ਦਾ ਕਤਲ ਇਹਨਾਂ ਹੀ ਐਕਸ਼ਨਾਂ ਅਤੇ ਵਧੀਕੀਆਂ ਦਾ ਰਿਐਕਸ਼ਨ ਸੀ। 31 ਅਗਸਤ 1995 ਨੂੰ ਮੈਂ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਮੇਰੇ ਹੀ ਇਹਨਾਂ ਹੱਥਾਂ ਨੇ ਭਾਈ ਦਿਲਾਵਰ ਸਿੰਘ ਦੇ ਸਰੀਰ ਨਾਲ ਬੰਬ ਬੰਨਿਆ ਸੀ। ਮੈਨੂੰ ਆਪਣੇ ਇਸ ਕਤਲ ਵਿੱਚ ਸ਼ਾਮਲ ਹੋਣ ਦਾ ਕੋਈ ਅਫਸੋਸ ਨਹੀਂ ਹੈ। ਮੈਂ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੇ ਮਾਣ ਕਰਦਾ ਹਾਂ ਤੇ ਇਸਦੇ ਅੱਗੇ ਨਮਸਕਾਰ ਕਰਦਾ ਹਾਂ। ਜੱਜ ਸਾਹਿਬ CBI ਦਾ ਇਹ ਕਹਿਣਾ ਗਲਤ ਹੈ ਕਿ 31 ਅਗਸਤ ਨੂੰ 1995 ਨੂੰ ਅਸੀਂ ਸ਼ਾਮ ਦੇ 5 ਵਜੇ ਦਾ ਸਮਾਂ ਇਸ ਲਈ ਚੁਣਿਆ ਸੀ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਕਤਲ ਕਰ ਸਕੀਏ। ਅਜਿਹਾ ਕਰਕੇ CBI ਸਾਨੂੰ ਨਿਰਦੋਸ਼ ਲੋਕਾਂ ਦੇ ਕਾਤਲ ਠਹਿਰਾਉਣ ਦਾ ਯਤਨ ਕਰ ਰਹੀ ਹੈ, ਜਦੋਂ ਕਿ ਸੱਚ ਇਹ ਹੈ ਕਿ ਅਸੀਂ ਦੁਪਹਿਰ ਦੇ 2 ਵਜੇ ਤੋਂ ਵੀ ਕਾਂਗਰਸ ਦੇ ਕਾਤਲ ਮੁੱਖ ਮੰਤਰੀ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਸਾਡਾ ਨਿਸ਼ਾਨਾ ਆਮ ਲੋਕ ਨਹੀਂ ਸਨ, ਨਾ ਹੀ ਸਾਡਾ ਮਕਸਦ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨਾ ਸੀ। ਸਗੋਂ ਸਾਡਾ ਮਕਸਦ ਤਾਂ ਨਿਰਦੋਸ਼ ਲੋਕਾਂ ਦੇ ਕਾਤਲ ਨੂੰ ਮਾਰਨਾ ਸੀ। ਸਮਾਂ ਵੀ ਉਸਨੇ ਬਾਹਰ ਆਉਣ ਦਾ ਆਪ ਖੁਦ ਨਿਸ਼ਚਿਤ ਕੀਤਾ ਸੀ, ਅਸੀਂ ਨਿਸ਼ਚਿਤ ਨਹੀਂ ਕੀਤਾ। ਜੱਜ ਸਾਹਿਬ CBI ਦੇ ਦੋਹੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਇਹਨਾਂ ਨੂੰ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਾਤਲ ਬੇਅੰਤ ਸਿੰਘ ਦੇਸ਼ ਭਗਤ ਮੰਨਦਾ ਹੈ। ਇਹਨਾਂ ਨੂੰ June 1984 ਦਾ ਕਹਿਰ ਕਰਵਾਉਣ ਵਾਲੇ ਲੋਕ ਅਤੇ November 84 ਦੇ ਸਿੱਖਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ, ਜਗਦੀਪ ਟੈਂਡਰ, ਸੱਜਣ ਕੁਮਾਰ, ਕਮਲਨਾਥ ਵਰਗੇ ਲੋਕ ਦੇਸ਼ ਭਗਤ ਮੰਨਦੇ ਹਨ। ਉਹਨਾਂ ਦੇ ਖਿਲਾਫ਼ ਕੇਸ ਵਾਪਸ ਕਰਵਾਉਣ ਦਾ ਜਾਂ ਕੇਸ ਕਮਜ਼ੋਰ ਕਰਨ ਦੀਆਂ ਹਰ ਸੰਭਵ ਅਤੇ ਅਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਹੁਕਮਰਾਨ ਅਤੇ ਏਜੰਸੀਆਂ ਇਹਨਾਂ ਕਾਤਲਾਂ ਨੂੰ ਜੇਲ੍ਹ ਭੇਜਣ ਦੀ ਥਾਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਹਨਾਂ ਲੋਕਾਂ ਨੂੰ ਭੋਪਾਲ ਗੈਸ ਗੈਸ ਕਾਂਡ ਦੇ 25,000 ਨਿਰਦੋਸ਼ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਜੂਨੀਅਰ ਕਾਰਬਾਈਨ ਦਾ ਮੁਖੀ ਐਂਡਰਸਨ ਵਰਗੇ ਲੋਕ ਦੇਸ਼ ਭਗਤ ਮੰਨਦੇ ਹਨ। ਉਹਨਾਂ ਨੂੰ ਜੇਲ੍ਹ ਭੇਜ ਕੇ ਮੁਕੱਦਮੇ ਚਲਾਉਣ ਦੀ ਥਾਂ ਦੇਸ਼ ਦੇ ਹੁਕਮਰਾਨ ਉਹਨਾਂ ਲਈ ਹਵਾਈ ਜਹਾਜ਼ਾਂ ਦੇ ਇੰਤਜ਼ਾਮ ਕਰਦੇ ਹਨ ਤਾਂ ਕਿ ਉਹ ਬਚ ਕੇ ਨਿਕਲ ਜਾਣ। ਦੇਸ਼ ਦੀਆਂ ਇਹ ਮਖੌਟਾਧਾਰੀ ਏਜੰਸੀਆਂ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਾਤਲਾਂ ਦੀ ਸਿਫਾਰਿਸ਼ ਕਰਦੀਆਂ ਹਨ ਅਤੇ ਅਜਿਹੇ ਕਾਤਲਾਂ ਨੂੰ ਮਾਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਅਖੀਰ ਦੇ ਵਿੱਚ ਜੱਜਾਂ ਇਹ ਵੀ ਭਾਰਤੀ ਹੁਕਮਰਾਨ ਅਤੇ ਏਜੰਸੀਆਂ ਨੇ ਜਦ ਕਾਰਗਿਲ ਦੀਆਂ ਪਹਾੜੀਆਂ ਪਾਕਿਸਤਾਨ ਤੋਂ ਚੜਵਾਉਣੀਆਂ ਹੋਣ, ਜਦ ਪਾਕਿਸਤਾਨ ਨਾਲ ਕੋਈ ਯੁੱਧ ਕਰਨਾ ਹੋਵੇ ਤਾਂ ਇਹ ਲੋਕ ਸਿੱਖਾਂ ਦੀ ਮਾਰਸ਼ਲ ਕੌਮ ਕਹਿ ਕੇ ਵਡਿਆਈ ਕਰਦੀਆਂ ਹਨ। ਫਿਰ ਜਦ ਉਹੀ ਸਿੱਖ ਆਪਣੇ ਤੇ ਕੋਈ ਜੁਰਮ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਨ ਤਾਂ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਪੜਿਆ ਜਾਂਦਾ ਹੈ। ਜੱਜ ਸਾਹਿਬ ਜਿਸ ਦੇਸ਼ ਵਿੱਚ ਕਿਸੇ ਕੌਮ ਤੇ ਇੰਨੇ ਜੁਲਮ ਹੋਏ ਹੋਣ ਜਿੰਨੇ ਸਿੱਖਾਂ ਦੇ ਪਿਛਲੇ ਸਮੇਂ ਹੋਏ ਸਨ, ਇਸ ਤੋਂ ਬਾਅਦ ਕਿਸੇ ਵੀ ਗੈਰਤਮੰਦ ਕੌਮ ਕੋਲ ਅਜਿਹੇ ਕਾਤਲ ਲੁਟੇਰੇ ਹੁਕਮਰਾਨਾਂ ਤੋਂ ਦੇਸ਼ ਤੋਂ ਪੰਜਾਬੀ ਲਹਿਰ ਤੋਂ ਸਿਵਾਏ ਹੋਰ ਕੋਈ ਚਾਰਾ ਬਾਕੀ ਬਚਦਾ ਹੀ ਨਹੀਂ ਹੈ। ਮੈਂ ਆਪਣਾ ਬਿਆਨ ਇੱਥੇ ਹੀ ਸਮਾਪਤ ਕਰਦਾ ਹਾਂ ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਸ ਪਾਪੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਵਿੱਚ ਆਪ ਸ਼ਾਮਿਲ ਸੀ। ਮੈਨੂੰ ਤੁਸੀਂ ਮੌਤ ਦੀ ਸਜ਼ਾ ਦਿਓ ਜਾਂ ਕੋਈ ਹੋਰ ਸਜ਼ਾ ਦਿਓ, ਮੈਨੂੰ ਪਰਵਾਹ ਹੋਵੇਗੀ।
ਇਹ ਸੀ ਸਰਦਾਰ ਬਲਵੰਤ ਸਿੰਘ ਰਾਜੋਆਣਾ ਦਾ ਬਿਆਨ ਅਦਾਲਤ ਦੇ ਵਿੱਚ। ਉਹਨੇ ਕਦੇ ਰਹਿਣ ਦੀ ਅਪੀਲ ਨਹੀਂ ਕੀਤੀ, ਕਦੇ ਜਾਣ ਦੀ ਅਪੀਲ ਨਹੀਂ ਹੋਊਗੀ, ਤੇ ਉਹਨੇ ਕੌਮ ਦੇ ਲੀਡਰਾਂ ਨੂੰ ਵੀ ਆਖਿਆ ਕਿ ਤੁਸੀਂ ਮੇਰੇ ਵਾਸਤੇ ਕਦੀ ਰਹਿਣ ਦੀ ਅਪੀਲ ਨਾ ਕਰਿਓ। ਵਾਰ ਵਾਰ ਨਮਸਕਾਰ ਹੈ ਇਹੋ ਜਿਹੇ ਬਹਾਦਰਾਂ ਨੂੰ, ਇਹੋ ਜਿਹੇ ਜਾਂਬਾਜ਼ ਯੋਧਿਆਂ ਨੂੰ। ਮੈਂ ਇੱਥੇ ਹੀ ਆਪਣਾ ਜਿਹੜਾ ਸਮਾਪਤ ਕਰਦਾ ਹਾਂ। ਅੱਗੋਂ ਤੁਸੀਂ ਪ੍ਰਬੰਧਕਾਂ ਕੋਲੋਂ ਅਗਲੀ ਕਾਰਵਾਈ ਬਾਰੇ ਕਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਪ੍ਰੋਫੈਸਰ ਇੰਦਰ ਸਿੰਘ ਜੀ ਕਰਦਾ। ਅਸੀਂ ਰੇਡੀਓ ਆਪਣਾ ਲਿਮਿਟਡ ਵਿਨੀਪੈਗ ਵੱਲੋਂ ਅੱਜ ਤੱਕ ਦੇ ਸਮੂਹ ਸ਼ਹੀਦ ਸਿੰਘਾਂ ਸੁਣੀਆਂ ਪਚੰਗੀਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਚਾਹੇ ਉਹ ਭਾਈ ਜਸਪਾਲ ਸਿੰਘ ਹੋਰੇ, ਜਿਹਨਾਂ ਨੂੰ ਲਾਸਟ ਵੀਕ ਜੋ ਗੁਰਦਾਸਪੁਰ ਦੇ ਵਿੱਚ ਨਜ਼ਾਰਾ ਕਰ ਰਹੇ ਸਨ, ਉਹਨਾਂ ਨੂੰ ਪੁਲਿਸ ਵੱਲੋਂ ਗੋਲੀਆਂ ਨਾਲ ਭੁੱਲ ਦਿੱਤਾ ਗਿਆ ਸੀ। ਸੋ ਵੀਰ ਕੀ ਉਹ ਇਹ ਲੋਕ ਭੁੱਲ ਗਏ ਆ ਜਿਹੜੇ ਅੱਜ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਆ, ਕਿ ਇਹ ਗੱਲ ਭੁੱਲ ਗਏ ਆ ਕਿ ਅੱਜ ਸਾਨੂੰ ਫਾਸਲਾ ਗੁਰੂ ਗੋਬਿੰਦ ਸਿੰਘ ਦੀ ਅਸੀਂ ਸੀਸ ਕੜੀ ਤੇ ਰੱਖਣਾ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਆਪਣੇ ਸਹੁਰੇ ਵਤਨ ਦੀ ਸ਼ਾਨ ਉੱਤੇ। ਮੰਨੂ ਮੀਰ ਨੇ ਵੱਡੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖੜੇ ਕੁਲ ਜਹਰ ਵਾਂਗੂ ਵੱਡੇ ਸਿਰਾਂ ਦੇ। ਜਦੋਂ ਅਸੀਂ ਮੁੱਲ ਪੈਂਦੇ ਹੋਏ ਹੌਂਸਲੇ ਸਾਡੇ ਅੰਗਿਆਰ ਵਾਂਗੂ। ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ, ਮੋਤੀ ਮਹਿਕਣਾ ਜਰਾ ਨਾ ਬੰਦ ਹੋਏ। ਚੜ ਚਰਖੜੀ ਫਰਖ ਦੇ ਯੋਧਿਆਂ ਨੂੰ ਸਾਡੇ ਹੌਂਸਲੇ ਹੋਰ ਸੀ ਬੁਲੰਦ ਹੋਏ। ਕੇਸ ਗੜ ਤੇ ਗੜੀ ਚਮਕਾਉਣ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਜਾ ਕੇ ਪੁੱਛਦਾ ਕੰਧ ਸਰਹੰਦ ਦੀ ਨੂੰ, ਪਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ। ਜਾ ਕੇ ਪੁੱਛ ਲਓ ਦਿੱਲੀ ਦਰਬਾਰ ਕੋਲੋਂ, ਅਗਰ ਫੇਰ ਵੀ ਨਾ ਤੁਹਾਨੂੰ ਐਤਵਾਰ ਆਵੇ, ਜਾ ਕੇ ਪੁੱਛ ਲਓ ਡਾਇਰ ਪਰਿਵਾਰ ਕੋਲੋਂ। ਜਦੋਂ ਅੰਬੀਆਂ ਨੂੰ ਲੱਗਿਆ ਪੂਰ ਹੋਵੇ, ਕੋਲ ਆਣ ਕੇ ਉਸ ਤਾਂ ਚਹਿਕ ਦੀਏ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕ ਦੀਏ, ਉੱਥੇ ਫਸਲ ਗੁਲਾਬ ਦੀ ਮਹਿਕ ਦੀਏ। ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਇੰਦਰ ਸਿੰਘ ਹੋਣਾ ਦਾ, ਇੰਦਰ ਸਿੰਘ ਜੀ ਘੱਗਾ ਦਾ, ਜਿਹਨਾਂ ਨੇ ਇਸ ਜ਼ੁਲਮ ਦੀ ਹਨੇਰੀ ਵਿੱਚ ਇਹਨਾਂ ਨੇ ਆਪਣੇ ਸਰੀਰ ਦੇ ਉੱਤੇ ਵੀ ਇਹੋ ਜਿਹਾ ਬਹੁਤ ਸਾਹਸ ਸਹਾਰੇ ਆ। ਸੋ ਫਿਰ ਕੀ ਉਹ ਇਹ ਜੋ ਪ੍ਰੋਗਰਾਮ ਸੀ ਆਪ ਰੇਡੀਓ ਆਪਣਾ ਲਿਮਿਟਡ ਬਿਨੀਫਿਟ ਤੋਂ, ਗੁਰਬਾਣੀ ਵਿਚਾਰ ਪ੍ਰੋਗਰਾਮ ਰੇਡੀਓ ਆਪਣਾ ਲਿਮਿਟਡ ਬਿਨੀਫਿਟ ਤੋਂ ਸੁਣ ਰਹੇ ਸੀ। ਸੋ ਆਪ ਜੀ ਨੂੰ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਇਹਦੇ ਬਾਰੇ ਅਗਰ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਹੋਣ, ਸਾਡਾ ਫੋਨ ਨੰਬਰ ਹੈ 204-979-2941 ਜਾਂ 204-667-1017 ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹੋਰ ਪ੍ਰੋਫੈਸਰ ਇੰਦਰ ਸਿੰਘ ਜੀ ਸਰਦਾਰ ਆ ਗਿਆ, ਕਿਸੇ ਤਰ੍ਹਾਂ ਦੀਆਂ ਵੀ ਬੁੱਕਸ ਵਗੈਰਾ ਇਹਨਾਂ ਦੀ ਡੀਵੀਡੀ ਸੀਡੀ ਜਾਂ ਹੋਰ ਪੰਥਕ ਵਿਦਵਾਨਾਂ ਦੀਆਂ ਡੀਵੀਡੀ ਸੀਡੀ ਜਾਂ ਬੁੱਕਸ ਵਗੈਰਾ ਕਿਸੇ ਨੂੰ ਚਾਹੀਦੀਆਂ ਹੋਣ ਤਾਂ ਉਹ ਸਾਡੇ ਨਾਲ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦਾ ਹੈ। ਕਿਸੇ ਵੀਰ ਭੈਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਕੀਤਾ ਹੋਇਆ ਟੀਕਾ ਚਾਹੀਦਾ ਹੋਵੇ, ਉਹ ਵੀ ਸੰਪਰਕ ਕਰ ਸਕਦਾ ਹੈ। ਸੋ ਇਸ ਪ੍ਰੋਗਰਾਮ ਬਾਰੇ ਆਪ ਜੀ ਆਪਣੇ ਸਾਨੂੰ ਵਿਚਾਰ ਜ਼ਰੂਰ ਦੱਸਣੇ, ਤਾਂ ਕਿ ਸਾਨੂੰ ਬੜਾ ਮਾਣ ਮਿਲਦਾ ਹੈ ਜਦੋਂ ਆਪ ਜੀ ਸਾਨੂੰ ਫੋਨ ਕਰਦੇ ਹੋ। ਅਗਲੇ ਵੀ ਇਸੇ ਹੀ ਤਰ੍ਹਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਫਿਰ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।